ਜੱਜ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜਦੋਂ ਵੀ ਕੋਈ ਚੋਣਾਂ ਆਉਂਦੀਆਂ, ਜਦੋਂ ਕੋਈ ਸਿਆਸੀ ਦੰਗਲ ਸੱਜਦਾ ਤਾਂ ਉੱਥੇ ਭੜਕਾਊ ਭਾਸ਼ਣਾਂ ਦੀ ਇੱਕ ਭੁਚਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਭੜਕਾਊ ਭਾਸ਼ਣਾਂ ਤੱਕ ਮੰਨਿਆ ਜਾ ਸਕਦਾ ਸੀਗਾ ਕਿ ਕੁਛ ਠੀਕ ਹੋ ਰਿਹਾ, ਪਰ ਭੜਕਾਊ ਭਾਸ਼ਣਾਂ ਨੂੰ ਵੀ ਪੂਰੀ ਤਰੀਕੇ ਨਾਲ ਠੀਕ ਨਹੀਂ ਠਹਿਰਾਇਆ ਜਾ ਸਕਦਾ। ਉਦੋਂ ਇਹ ਲੱਗਦਾ ਸੀ ਕਿ ਕੁਛ ਸਵਾਲ ਆ ਜਿਹੜੇ ਹਜੇ ਬਾਕੀ ਹੈਗੇ ਆ, ਪਰ ਹੁਣ ਸਵਾਲ ਆ ਜਿਹੜੇ ਉਹ ਬਾਕੀ ਨਹੀਂ, ਸਵਾਲ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਨਫ਼ਰਤ ਵਾਲੀ ਸਿਆਸਤ ਸ਼ੁਰੂ ਹੋ ਚੁੱਕੀ ਹੈ। ਨਫ਼ਰਤ ਵਾਲੀ ਸਿਆਸਤ ਭਾਰਤ ਪਾਕਿਸਤਾਨ ਦੇ ਮੁਕਾਬਲੇ ਤੋਂ ਸ਼ੁਰੂ ਹੁੰਦੀ ਹੈ ਅਤੇ ਗੋਲੀ ਮਾਰਨ ਤੱਕ ਆ ਜਾਂਦੀ ਹੈ, ਗਦਾਰ ਤੱਕ ਆ ਜਾਂਦੀ ਹੈ, ਸੀਰੀਆ ਤੱਕ ਆ ਜਾਂਦੀ ਹੈ, ਅੱਤਵਾਦੀ ਤੱਕ ਦੇ ਸ਼ਬਦ ਆ ਜਾਂਦੇ ਆ। ਇਹੋ ਜਿਹੀ ਨਫ਼ਰਤ ਵਾਲੀ ਸਿਆਸਤ ਹੋ ਰਹੀ ਹੈ। ਸੀਏ ਨੂੰ ਮੁੱਦਾ ਬਣਾਇਆ ਜਾਂਦਾ, ਦਿੱਲੀ ਦੇ ਸਿਆਸੀ ਦੰਗਲ ਨੂੰ ਮੁੱਦਾ ਬਣਾਇਆ ਜਾਂਦਾ, ਸ਼ਾਹੀਨ ਬਾਗ ਨੂੰ ਮੁੱਦਾ ਬਣਾਇਆ ਜਾਂਦਾ, ਅਤੇ ਉਸ ਸਭ ਦੇ ਵਿਚਾਲੇ ਇਹ ਜਿਹੜੇ ਬਿਆਨਬਾਜ਼ੀ ਹੋ ਰਹੀ ਹੈ, ਇਹ ਬਿਆਨਬਾਜ਼ੀ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ। ਸਵਾਲ ਇੱਥੇ ਆ ਕੇ ਰੁਕਦਾ ਕਿ ਸੱਤਾ ਤੇਰਾ ਜਿਹੜੀ ਕੇਂਦਰ ਦੇ ਵਿੱਚ ਸੱਤਾ ਸਾਂਭ ਰਹੀ ਹੈ, ਉਹਨਾਂ ਦੇ ਆਗੂਆਂ ਨੂੰ ਇਹੋ ਜਿਹੇ ਬਿਆਨ ਦੇਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਸਵਾਲ ਸਿਆਸਤ ਅਤੇ ਨੈਤਿਕਤਾ ਵਾਲੇ ਵੀ ਉੱਠਦੇ ਹੈਗੇ ਆ, ਪਰ ਵੱਡਾ ਸਵਾਲ ਜਿਹੜਾ ਉੱਠੇਗਾ, ਨਫ਼ਰਤ ਵਾਲੀ ਸਿਆਸਤ ਕਿਉਂ? ਅੱਜ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੜਕਾਊ ਭਾਸ਼ਣਾਂ ਅਤੇ ਦੂਸ਼ਣਬਾਜ਼ੀਆਂ ਤੇਜ਼ ਹੋ ਗਈਆਂ। ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਅਤੇ ਚੋਣ ਕਮਿਸ਼ਨ ਕੋਲ ਸਖ਼ਤ ਕਾਰਵਾਈ ਦੀ ਮੰਗ ਹੈ, ਉਹ ਵੀ ਜ਼ੋਰ ਫੜ ਗਈ ਹੈ। ਹਿੰਦੁਸਤਾਨ ਪਾਕਿਸਤਾਨ ਗਦਾਰ ਗੋਲੀ ਮਾਰੋ ਸੀਰੀਆ ਅੱਤਵਾਦੀ ਤੱਕ ਦੇ ਨਫ਼ਰਤੀ ਬਿਆਨ ਆ ਜਿਹੜੇ ਉਹ ਤੁਹਾਡੇ ਕੋਲ ਵੀ ਪਹੁੰਚ ਚੁੱਕੇ ਆ। ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ, ਐਮ ਪੀ ਪ੍ਰਵੇਸ਼ ਵਰਮਾ ਅਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਸੀ ਏ ਤੋਂ ਸ਼ਾਹੀਨ ਬਾਗ ਤੱਕ ਭੜਕਾਊ ਵਾਰ ਪਲਟਵਾਰ ਵਿਚਾਲੇ ਸਥਾਨਕ ਮੁੱਦੇ ਗਾਇਬ ਹੈ, ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਪਿਆ ਕਿਉਂਕਿ ਉਹ ਗਾਇਬ ਕਰ ਦਿੱਤੇ ਗਏ। ਗੋਲੀ ਮਾਰੋ ਵਾਲੇ ਭਾਸ਼ਣ ਤੋਂ ਬਾਅਦ ਜਾਮੀਆ ਗੋਲੀ ਕਾਂਡ ਨੇ ਨਫ਼ਰਤ ਦੀ ਅੱਗ ਹੋਰ ਭੜਕਾ ਦਿੱਤੀ ਹੈ। ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਸੁਣ ਲਈ। अभी बटन दबाओ कमल पर, उसी से ये गद्दार मरेंगे। इतना घमंड, इस घमंड में चूर व्यक्ति, वो जैसे कहते ना कि बंदर को मिल गया उस्तरा है, उसने कईयों का काम तमाम कर दिया। तो बंदर के हाथ में उस्तरा देश देने जैसा काम दिल्ली की जनता ने कर तो दिया, लेकिन पछताया खूब। भ्रष्टाचार का आलम यह है, आज भी इनके नेता कहते हैं कि पैसे लेकर के और तब टिकटें बांटी जाए। आज भी हमें एक घटना सुनाई देती है कि किसी हिंदू लड़की को कोई मुसलमान उठाकर ले गया, मगर कोई उसका बिगाड़ नहीं पाता, क्योंकि ये केजरीवाल जैसे नटवरलाल, ये केजरीवाल जैसे आतंकवादी इस देश में छुपे बैठे हैं। हमें तो सोचने पर मजबूर होता है कि हम कश्मीर में पाकिस्तान के आतंकवादियों से लड़े या केजरीवाल जैसे आतंकवादियों से इस देश में लड़े। शाहीनबाद और पाटसर कास में ज्यादा से ज्यादा लोग जो बैठे हैं वो बांग्लादेश पाकिस्तान से आए हुए लोग हैं, और वही यहीं पर आतंक से वही पर प्रोटेस्ट कर रहे हैं, और बच्चा को ढाल ढाल बना के रखा जो उचित नहीं है। बच्चा हुआ क्या करेगा, तो इनको ढाल का रूप में व्यवहार कर रहे हैं, बच्चा को, महिला को। प्रधानमंत्री को मार दो, गृह मंत्री को मार दो, क्या है, शैतानी बाग नहीं है जहां पर साजिल इमाम जैसा व्यक्ति रेलवे ट्रैक पे मलबा फेंक दो, सड़कें रोक दो, असम को हिंदुस्तान से काट दो, सारे वहां लोगों को मार दो, ये क्या है? ये आज टुकड़े टुकड़े गैंग का हेड ऑफिस बन चुका है शैतानी बाग, और ये लोग भारत को, दिल्ली को सीरिया बगदाद बनाना चाहते हैं, हम बनने नहीं देंगे। ਸੀਏ ਆਵੇਗਾ, ਐਨਆਰਸੀ ਆਵੇਗਾ, ਐਨਪੀਆਰ ਆਵੇਗਾ, ਇਹਦੀ ਕ੍ਰੋਨੋਲੋਜੀ ਸਮਝਣ ਦੀ ਜ਼ਰੂਰਤ ਹੈ ਕਿ ਇਹੋ ਜਿਹੇ ਬਿਆਨ ਤੁਸੀਂ ਬਹੁਤ ਸੁਣੇ ਹੋਣਗੇ। ਇਸੇ ਕਰਕੇ ਵੱਡਾ ਸਵਾਲ ਇਹ ਪੁੱਛਣਾ ਪੈ ਰਿਹਾ ਕਿ ਦਿੱਲੀ ਦੇ ਸਿਆਸੀ ਦੰਗਲ ਵਿੱਚ ਭੜਕਾਊ ਭਾਸ਼ਣਾਂ ਤੋਂ ਬਾਅਦ ਗੋਲੀ ਕਾਂਡ ਦੀ ਕ੍ਰੋਨੋਲੋਜੀ ਹੈ ਕੀ ਹੈ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ।
ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਤਵੀਰ ਸਿੰਘ ਵਾਲੀਆ ਆਮ ਆਦਮੀ ਪਾਰਟੀ ਬੁਲਾਰੇ ਸਤਵੀਰ ਸਿੰਘ ਵਾਲੀਆ, ਤੁਹਾਡਾ ਬਹੁਤ ਸਵਾਗਤ ਹੈ। ਸੁਖਵਿੰਦਰ ਸਿੰਘ ਸੱਤ ਦੇ ਨੁਮਾਇੰਦੇ ਆ, ਸੱਤ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਵਿਦਿਆਰਥੀ ਜਥੇਬੰਦੀ ਆ ਉਹਦੇ ਨੁਮਾਇੰਦੇ ਹੈਗੇ, ਇਹਨਾਂ ਨੂੰ ਇਸ ਕਰਕੇ ਸੱਦਿਆ ਕਿਉਂਕਿ ਨੌਜਵਾਨ ਹੈ, ਇਹਨਾਂ ਭਾਸ਼ਣਾਂ ਤੋਂ ਕੀ ਸਿੱਖਦੇ ਆ, ਇਸ ਕਰਕੇ ਸੁਖਵਿੰਦਰ ਸਿੰਘ ਨੂੰ ਸੱਦਿਆ। ਸੁਖਵਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਭੁੱਲਰ ਸਾਹਿਬ ਅਤੇ ਸਤਵੀਰ ਵਾਲੀਆ, ਤੁਹਾਨੂੰ ਦੋਨਾਂ ਨੂੰ ਮੈਂ ਤਾਕੀਦ ਕਰੂੰਗਾ ਕਿ ਆਪਾਂ ਇਹਨਾਂ ਭੜਕਾਊ ਭਾਸ਼ਣਾਂ ਅਤੇ ਸੰਜੀਦਗੀ ਵਾਲੀ ਚਰਚਾ ਦੇ ਵਿੱਚ ਹਿੱਸਾ ਲਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਛ ਇਸ ਡਿਬੇਟ ਦੇ ਵਿੱਚੋਂ ਨਿਕਲੇ ਜ਼ਰੂਰ। ਹਰਜੀਤ ਸਿੰਘ ਭੁੱਲਰ, ਤੁਹਾਡੇ ਕੋਲ ਐਡਾ ਵੱਡਾ ਮੈਂਡੇਟ ਹੈ ਕੇਂਦਰ ਦੇ ਵਿੱਚ, ਪਿਛਲੀਆਂ ਕੁਝ ਇਲੈਕਸ਼ਨਸ ਤੁਸੀਂ ਹਾਰੇ ਹੋ ਅਤੇ ਉਹਨਾਂ ਇਲੈਕਸ਼ਨਸ ਦਾ ਅਸਰ ਹੈ ਉੱਥੇ ਹਾਰ ਹੋਈ ਆ ਕਿ ਦਿੱਲੀ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਕਰਨੀ ਪੈ ਰਹੀ ਹੈ ਤੁਹਾਡੇ ਲੀਡਰਾਂ? ਨਹੀਂ, ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈਗਾ ਕਿ ਅਸੀਂ ਇਲੈਕਸ਼ਨ ਹਾਰੇ ਹਾਂ ਅਤੇ ਉਸ ਕਰਕੇ ਇਹੋ ਜਿਹੀ ਬਿਆਨਬਾਜ਼ੀ ਆ ਰਹੀ ਹੈ। ਔਰ ਬਿਆਨਬਾਜ਼ੀ ਕੋਈ ਅੱਜ ਨਹੀਂ ਸ਼ੁਰੂ ਹੋਈ, ਜਿਸ ਦਿਨ ਦਾ CAA ਆਇਆ ਹੈਗਾ ਵੱਖ ਵੱਖ ਸਟੇਜਾਂ 'ਤੇ ਜਾ ਕੇ ਜਿਸ ਤਰੀਕੇ ਨਾਲ ਕਾਂਗਰਸ ਦੇ ਬਹੁਤ ਸੀਨੀਅਰ ਲੀਡਰਸ ਨੇ ਜਾ ਕੇ ਬਿਆਨਬਾਜ਼ੀ ਕੀਤੀ ਹੈ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਸਟੇਜ ਦੇ ਉੱਤੇ ਚੜ੍ਹ ਕੇ ਮੀਡੀਆ ਦੇ ਵਿੱਚ ਸ਼ਰੇਆਮ ਕਿਹਾ ਕਿ ਅਸੀਂ ਉਸ ਸਾਰੀ ਗੁੰਡਾਗਰਦੀ ਦੇ ਨਾਲ ਹੈ, ਔਰ ਇੱਕ ਕੜੀ ਬਣ ਗਈ ਹੈ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜਾ ਹੈਗਾ ਬਿਆਨ ਆ ਰਹੇ ਹੈ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਭੁੱਲਰ ਸਾਹਿਬ ਕਿ ਤੁਹਾਡੇ ਲੀਡਰਾਂ ਨੂੰ ਪ੍ਰਵੋਕ ਕੀਤਾ ਗਿਆ ਵਿਰੋਧੀਆਂ ਵੱਲੋਂ? ਬਿਲਕੁਲ ਬਿਲਕੁਲ ਪ੍ਰਵੋਕ ਕੀਤਾ ਜਾ ਰਿਹਾ ਹੈ, ਔਰ ਅਗਰ ਉਹਨਾਂ ਲੀਡਰਾਂ ਨੇ ਪ੍ਰਵੋਕ ਕਰਕੇ ਇਹੋ ਜਿਹੇ ਨਾਅਰੇ ਉੱਥੇ ਲਗਾਉਣੇ ਸ਼ੁਰੂ ਕਰਤੇ ਆ ਜਿਹੜਾ ਦੇਸ਼ ਤੋਂ ਅੱਡ ਹੋਣ ਦੇ, ਦੇਸ਼ ਨੂੰ ਤੋੜਨ ਦੇ, ਰੇਲਵੇ ਲਾਈਨਾਂ ਦੇ ਉੱਤੇ ਮਲਬਾ ਸੁੱਟਣ ਦੇ, ਔਰ ਕਤਲੇਆਮ ਕਰਨ ਦੇ, ਪ੍ਰਧਾਨ ਮੰਤਰੀ ਦੇ ਖਿਲਾਫ਼ ਬੋਲਣ ਦੇ, ਛੋਟੇ ਛੋਟੇ ਬੱਚੇ ਜਿਹੜੇ ਅੱਜ ਉੱਥੇ ਆਗੂ ਗੁਲ ਰਹੇ ਨੇ, ਅਗਰ ਤੁਸੀਂ ਉਹਨਾਂ ਕੋਲ ਸਵਾਲ ਜਾ ਕੇ ਪੁੱਛੋ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਇੱਥੇ ਮੋਦੀ ਨੇ ਮਾਰ ਦੇਣਾ, ਇਸ ਕਰਕੇ ਅਸੀਂ ਇੱਥੇ ਧਰਨੇ 'ਤੇ ਬੈਠੇ ਹਾਂ, ਫਿਰ ਆਪਾਂ ਗੋਲੀ ਮਾਰੋ ਵਰਗੇ ਬਿਆਨ ਦੇਵਾਂਗੇ। ਨਹੀਂ, ਦੇਖੋ ਜਨਤਾ ਦੇ ਵਿੱਚ ਜੋ ਵੀ ਰੋਸ਼ ਹੈ ਕੋਈ ਇੱਕ ਪਾਸੋਂ ਨਹੀਂ ਚੱਲਦਾ ਹੁੰਦਾ, ਜਦੋਂ ਤੁਸੀਂ ਕਿਸੇ ਨੂੰ ਦੱਬੀ ਜਾਓਗੇ ਦੱਬੀ ਜਾਓਗੇ ਦੱਬੀ ਜਾਓਗੇ, ਅਲਟੀਮੇਟਲੀ ਉਹ ਵੀ ਤਾਂ ਉੱਠਣਗੇ ਨਾ। ਇਕੱਲਾ ਇਹੀ ਤਾਂ ਨਹੀਂ ਕਿ ਤੁਸੀਂ 2-4 ਸੌ ਬੰਦਾ 500 ਬੰਦਾ ਜਿਹੜਾ ਹੈਗਾ ਇੱਕ ਥਾਂ ਦੇ ਸਾਰੇ ਉਹਨਾਂ ਜਨਜੀਵਨ ਜਿਹੜਾ ਸੀਗਾ ਠੱਪ ਕੀਤਾ ਪਿਆ, ਯਾਨੀ ਕਿ 10 ਲੱਖ ਲੋਕਾਂ ਦਾ ਜਨਜੀਵਨ ਠੱਪ ਕੀਤਾ ਪਿਆ। ਤੁਸੀਂ ਭੁੱਲਰ ਸਾਹਿਬ ਇਹ ਕਹਿਣਾ ਚਾਹੁੰਦੇ ਹੋ ਕਿ ਵਿਰੋਧ ਆ ਜਿਹੜਾ ਇੰਨਾ ਤੇਜ਼ ਹੋ ਗਿਆ ਕਿ ਜਿਹੜੇ ਹੁਣ ਲੀਡਰਾਂ ਦੀ ਪੇਸ਼ੈਂਸ ਆ ਜਿਹੜੀ ਉਹ ਜਵਾਬ ਦੇਣ ਲੱਗ ਰਹੀ ਹੈ? ਇਕੱਲੀ ਲੀਡਰਾਂ ਦੀ ਨਹੀਂ ਪੇਸ਼ੈਂਸ ਜਵਾਬ ਦੇ ਰਹੀ ਹੈਗੀ, ਉੱਥੇ ਲੋਕਾਂ ਦੀ ਪੇਸ਼ੈਂਸ ਜਵਾਬ ਦੇ ਰਹੀ ਹੈ। ਅੱਜ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਕੰਡੀਸ਼ਨ ਇਹ ਹੈ, ਮੈਂ ਕਹਿੰਦਾ ਕਿ ਉਹ ਲੋਕ ਬਹੁਤ ਮਹਾਨ ਨੇ ਜਿਹੜੇ 10 ਲੱਖ ਦੇ ਕਰੀਬ ਰੋਜ਼ ਨਾ ਤੰਗ ਹੋ ਕੇ ਜਾ ਰਹੇ ਹੈ, ਆਪਣੇ ਕੰਮਾਂ ਕਾਰਾਂ 'ਤੇ ਪਹੁੰਚਦੇ ਆ, ਜਾਂ ਆਪਣੀਆਂ ਦੁਕਾਨਾਂ 'ਤੇ ਪਹੁੰਚਦੇ ਆ, ਜਾਂ ਸਕੂਲਾਂ 'ਚ ਜਾਣਾ, ਹਸਪਤਾਲਾਂ 'ਚ ਜਾਣਾ, ਜਾ ਰਹੇ ਹੈ 400-500 ਲੋਕਾਂ ਦੀ ਵਜ੍ਹਾ ਕਰਕੇ। ਯਾਨੀ ਕਿ ਮੈਂ ਕਹਿੰਦਾ ਉਹ ਪੇਸ਼ੈਂਸ ਰੱਖ ਕੇ ਬੈਠੇ ਨੇ, ਯਾਨੀ ਕਿ ਸਰਕਾਰ ਆਪਦੇ ਉਹਨੂੰ ਬੇਬਸ ਸਮਝਦੀ ਪਈ। ਨਹੀਂ, ਸਰਕਾਰ ਦਾ ਸਰਕਾਰ 'ਤੇ ਜਿਹੜੀ ਦਿੱਲੀ ਸਰਕਾਰ ਉਹਦੇ ਨਾਲ ਹੈ ਉਹਨਾਂ ਦੇ, ਅਗਰ ਉੱਥੋਂ ਦਾ ਡਿਪਟੀ, ਮੈਂ ਤਾਂ ਗ੍ਰਹਿ ਮੰਤਰਾਲੇ ਦੀ, ਮੈਂ ਗ੍ਰਹਿ ਮੰਤਰਾਲੇ ਦੀ ਗੱਲ ਕਰ ਰਿਹਾ ਭੁੱਲਰ ਸਾਹਿਬ ਸਵਾਲ ਤਾਂ ਪੂਰਾ ਹੋ ਲੈਂਦਾ ਕਰੋ ਨਾ, ਗ੍ਰਹਿ ਮੰਤਰਾਲੇ ਦੀ ਗੱਲ ਕਰ, ਕਿਉਂਕਿ ਕਾਨੂੰਨ ਵਿਵਸਥਾ ਗ੍ਰਹਿ ਮੰਤਰਾਲੇ ਦੇ ਅੰਡਰ ਹੈ। ਬਿਲਕੁਲ ਹੈਗੀ, ਹਾਂ, ਲੇਕਿਨ ਮੈਂ ਤਾਂ ਫਿਰ ਕਹਿ ਰਿਹਾ ਕਿ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜੇ ਗੁੰਡੇ ਸੀ ਜਦੋਂ ਉਹ 'ਚ ਗਏ, ਔਰ ਜਿਹਨਾਂ ਦੀ ਲਿਸਟ ਵੀ ਆਈ, 750 ਆਈ ਕਾਰਡ ਉਹਨਾਂ ਨਕਲੀ ਉੱਥੋਂ ਲੱਭੇ ਨੇ, ਔਰ ਜਦੋਂ ਉੱਥੇ ਕੁੱਟਮਾਰ ਕੀਤੀ ਗਈ, ਉਹਨਾਂ ਗੁੰਡਿਆਂ ਨੂੰ ਫੜਿਆ ਗਿਆ, ਜਿਹਨਾਂ ਨੇ ਬੱਸਾਂ ਫੂਕੀਆਂ ਸੀ, ਪੈਟਰੋਲ ਬੰਬ ਸੁੱਟੇ ਸੀਗੇ, ਅਤੇ ਬੜਾ ਹੋ ਹੱਲਾ ਹੋਇਆ। ਇੱਕ ਬੁੱਧੀਜੀਵੀ ਔਰ ਦੂਜੀਆਂ ਪਾਰਟੀਆਂ ਸੱਜੇ ਖੱਬੇ ਜਿਹੜੇ ਸੀਗੇ ਉਹਨਾਂ ਨੇ ਬੜਾ ਰੌਲਾ ਪਾਇਆ ਜੀ, ਪੁਲਿਸ ਅੰਦਰ ਚਲੀ ਗਈ। ਦੂਜੀ ਥਾਂ ਦੇ ਉੱਤੇ ਅਗਰ ਪੁਲਿਸ ਨਹੀਂ ਗਈ ਤਾਂ ਉੱਥੇ ਬੜਾ ਰੌਲਾ ਪਿਆ ਜੀ, ਪੁਲਿਸ ਅੰਦਰ ਨਹੀਂ ਗਈ ਜੀ। ਔਰ ਅੱਜ ਅਗਰ ਉੱਥੇ ਬੱਚਿਆਂ ਦੇ ਉੱਤੇ, ਉੱਥੇ ਔਰਤਾਂ ਦੇ ਉੱਤੇ, ਜਿਹਨਾਂ ਨੂੰ ਅੱਗੇ ਢਾਲ ਬਣਾ ਕੇ ਖੜਾ ਕੀਤਾ ਗਿਆ, ਮਰਦ ਹੋਣ ਨਾ ਅੱਗੇ, ਠੀਕ ਹੈ, ਉਹ ਕਰਾਂ ਕਿਉਂ ਬੈਠੇ ਨੇ? ਠੀਕ ਹੈ, ਮੈਂ ਆਊਂਗਾ ਵਾਪਸ ਆਊਂਗਾ। ਸਤਵੀਰ ਸਿੰਘ ਵਾਲੀਆ, ਕੇਜਰੀਵਾਲ ਤੱਤਵਾਦੀ ਆ? ਦੇਖੋ, ਉਹ ਤਾਂ ਦਿੱਲੀ ਦੱਸਦੇ ਕਿ ਕੇਜਰੀਵਾਲ ਤਾਂ ਨਕਸਲੀ ਹੈ, 8 ਤਰੀਕ ਨੂੰ ਦੱਸਦੇ ਕਿ ਦਿੱਲੀ ਵੀ ਕੇਜਰੀਵਾਲ ਅੱਤਵਾਦੀ ਹੈ ਜਾਂ ਕੇਜਰੀਵਾਲ ਨੂੰ ਅੱਤਵਾਦੀ ਕਹਿਣ ਵਾਲੇ ਕੌਣ ਨੇ, ਉਹ ਤਾਂ ਦਿੱਲੀ 8 ਤਰੀਕ ਨੂੰ ਦੱਸੇ ਦੇਵੇਗੀ। ਮੈਂ ਥੋੜ੍ਹੀ ਜਿਹੀ ਗੱਲ ਫੈਕਟਸ, ਤੁਸੀਂ ਕਿਹਾ ਸੀ ਆਪਾਂ ਪੋਜ਼ਿਟਿਵ ਡਿਬੇਟ ਚਲਾਉਣੀ ਆ, ਬੜੀ ਥੋੜ੍ਹੀ ਫੈਕਟਸ 'ਤੇ ਗੱਲ ਕਰਾਂ। ਭੁੱਲਰ ਸਾਹਿਬ ਕਹਿੰਦੇ ਜੀ ਵੀ JNU 'ਚ ਹੋ ਗਿਆ, ਚਲੋ JNU 'ਚ 50 ਬੰਦੇ ਅੱਜ ਤੱਕ ਫੜੇ ਨਹੀਂ ਗਏ, ਨਕਾਬਪੋਸ਼ ਕਿਹੜੇ ਸੀਗੇ ਅਤੇ ਉਹ ਲੋਕ ਵੀ ਸਮਝਦੇ ਵੀ ਕਿਹੜੇ ਸੀਗੇ, ਉਹ ਤਾਂ ਹੀ ਨਹੀਂ ਫੜੇ ਗਏ। ਉਸ ਤੋਂ ਬਾਅਦ ਹੁਣ ਮੈਂ ਗੱਲ ਕਰੂੰਗਾ ਬਿਆਨਾਂ ਦੀ। ਚਲੋ ਉਹ ਤਾਂ ਲੋਕ ਸੀਗੇ, ਪਬਲਿਕ ਹੈ, ਪਬਲਿਕ ਕੋਈ ਵੀ ਚਲੋ ਆਵਾ ਤਵਾ ਬੋਲ ਦਿੰਦੀ ਹੈ, ਉਹ ਸਰਕਾਰ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਕੰਟਰੋਲ ਕਰਨਾ। ਤੁਸੀਂ ਵੀ ਕਿਹਾ, ਮੈਂ ਵੀ ਕਹਿ ਰਿਹਾ, ਹਾਈ ਕੋਰਟ ਨੇ ਆਰਡਰ ਕੀਤਾ ਪੁਲਿਸ ਨੂੰ ਕਿ ਸ਼ਾਹੀਨਬਾਗ ਦਾ ਧਰਨਾ ਖਾਲੀ ਕਰਾਓ, ਉੱਥੇ ਜਾ ਕੇ ਗੱਲਬਾਤ ਕਰੋ, ਗੱਲਬਾਤ ਕੇ ਕਰੋ ਉਹਨੂੰ ਖਾਲੀ ਕਰਾਓ। ਅਤੇ ਪੁਲਿਸ ਕਿਹਦੇ ਕੋਲ ਹੈ? ਗ੍ਰਹਿ ਮੰਤਰੀ। ਗ੍ਰਹਿ ਮੰਤਰੀ ਕੌਣ ਹੈ? ਅਮਿਤ ਸ਼ਾਹ ਜੀ। ਹੁਣ ਅਮਿਤ ਸ਼ਾਹ ਜੀ, ਜਾਂ ਤਾਂ ਦਿੱਲੀ ਸਰਕਾਰ ਆਪਣੇ ਹੱਕਾਂ ਦੀ ਗੱਲ ਕਰਦੀ ਹੈ, ਫਿਰ ਤਾਂ ਉਹ ਕਹਿ ਦਿੰਦੇ ਜੀ ਇਹ ਤੁਹਾਡਾ ਰਾਈਟ ਨਹੀਂ ਹੈਗਾ, ਇਹ ਹੱਕ ਕੇਂਦਰ ਕੋਲ ਹੈ। ਹੁਣ ਜਦ ਸ਼ਾਹੀਨਬਾਗ ਦੀ ਗੱਲ ਆਉਂਦੀ ਹੈ, ਫਿਰ ਗ੍ਰਹਿ ਮੰਤਰੀ ਜੀ ਕਹਿੰਦੇ ਨੇ ਜੀ ਦਿੱਲੀ ਦਾ ਸੀਐਮ ਜਾਵੇ, ਜਦਕਿ ਦਿੱਲੀ ਦੇ ਸੀਐਮ ਕੋਲ ਤਾਂ ਪੁਲਿਸ ਹੀ ਨਹੀਂ ਹੈ, ਨਾ ਲਾਅ ਐਂਡ ਆਰਡਰ ਹੈ। ਨਹੀਂ, ਠੀਕ ਹੈ, ਦਿੱਲੀ ਦੇ ਸੀਐਮ ਕੋਲ ਲਾਅ ਐਂਡ ਆਰਡਰ ਨਹੀਂ।
दिल्ली के सी एम उत्थे जा कोई अपील तो कर सकते हैं कि नहीं कर सकते जा, जा, जा दिल्ली के सी एम भी उस धरने का धरने की सपोर्ट करते पे है कुछ तो स्टैंड क्लीयर करो ना देखो स्टैंड क्लीयर करो देखो दिल्ली के सी एम ने एक दो न्यूज़ चैनलों का भी ओपनली कहा है रिक्वेस्ट की है उत्थे अपील भी की शाहीन बाग में कि भाई तुम पब्लिक की हरासमेंट देखो प्रोटेस्ट करना हरेक का राइट है कॉन्स्टिट्यूशनल राइट है पर उत्थे कोई पब्लिक नूं कोई हरासमेंट ना होवे उस करके रस्ता खाली कर दो एक पीसफुली प्रोटेस्ट हर कोई कर सकता है पर लोगों नूं दे करके जिहड़ी परेशानी हो रही है ना होवे तुसीं कह रहे हो न्यूज़ चैनल से कहता इंटरव्यू दे विच कहता मेरा सवाल तो दिल्ली के मुख्यमंत्री है दिल्ली के मुख्यमंत्री तो आप धरनों तो बने हैं धरने से जाने तो क्यों डरते पे हो नहीं ये सोचते पे हो कि बीजेपी के ट्रैप च ना फस अपनी बारी बोलो देखो यही कोई गल नहीं है बार बार आम आदमी पार्टी वालों अपील हो रही है हूँ मैं अपनी गल कॉन्टिन्यू कर दी पहला थोड़ी रह गई थी भी आम लोग जो है कोई इदा का भाषण दे देंगे चलो उन्होंने नहीं पता हों कई बार या ना समझ होंगे है भी कपिल मिश्रा इन्हों का कैंडीडेट वो इंडिया पाकिस्तान बनाने की गल कर रहा है दिल्ली और इलेक्शन कमीशन सिर्फ क्या करता है कपिल मिश्रा के जो जुबान है होनी बिगड़ी है या पहला तो नहीं देखो कपिल मिश्रा पहला तो मैं कभी आवाज़ सुनी नहीं है जिदा बीजेपी च आया पता नहीं कि गुड़ते बीजेपी ने पिलाई या बीजेपी को यह जहाँ चीज़ हैगी जो बीजेपी आता है इमीडिएट अग उगल आ जाता है मैं कंप्लीट कर ला इलेक्शन कमीशन ने 48 घंटे का नोटिस दे के बंद करते बई देशद्रोह का मुकदमा दर्ज होंदा है वार अगेंस्ट स्टेट है ये तुसी दिल्ली स्टेट नूं ये कह रहे कि वह पाकिस्तान का हिस्सा है ये इस सैक्शन 124 ए इस फडिशन चार्जिस लगते हैं यूनियन इलेक्शन कमीशन ने किए एक मिनट जी प्रवेश वर्मा प्रवेश वर्मा कभी अरविंद केजरीवाल जी अत्तवादी कह दिंदा कभी कह दिंदा उत्थे जिहड़े बैठे ने वो थोड़े घर जाके रेप करनगे एम पी है वह भुल्लर साहब वो ऑर्डनरी परसन नहीं है मैंबर ऑफ पार्लीमेंट लोगों ने चुन के भेजा उस अनुराग ठाकुर अनुराग ठाकुर जो गल कह रहा है कैबिनेट मिनिस्टर स्टेट कैबिनेट मिनिस्टर दसो उ गल कह रहा है वह आम लोग नहीं है उन्हों का प्रभाव लोगों जाता जिहदा नतीजा परसों शाहीन बाग च एक ने रिवालवर लहर आई अज गोली चली दिल्ली ठीक है यही चीज कही इंपैक्ट थोड़े करके पिया है जामिया गोली कांड ते गोली मारो वाले हुण की बोलणगे इलेक्शन कमीशन ने जिहड़ी कारवाई कीती है उहदे तों विरोधी संतुष्ट क्यों नहीं नजर आ रहे जे इलेक्शन कमीशन दे अंडर हुण सब कुछ आ चुकिया हैगा इलेक्शन कमीशन नूं केस तों वध कोई कारवाई करन दे हुकम देने चाहीदे सी इलेक्शन कमीशन को कोई कार्रवाई होर करनी चाहिए सी जिहड़े चार्जस से मंग विरोधी करते पे है कि वो चार्जस लगने चाहिए ना आगुआ ते सवाल बहुत सारे है जो एक पब्लिक मीटिंग दे विच कोई स्टूडेंट लीडर यहो जे बयान दिंदा तो उसनूं लभण लई पंज सूबियां दी पुलिस लग जाती है पर जो ये लीडर बयान देंदे है उन्हां दे नाल पुलिस खड़ती है ब्रेक तो वापस आके ये सवाल होगा जरूर कानून व्यवस्था किस दे नाल बड़ा सवाल से पूछना दिल्ली के सियासी दंगल में भड़काऊ भाषणों तो बाद गोली कांड की क्रोनोलॉजी है की है सुखविंदर सिंह मैं तुम्हें खास तौर पर इस करके इतने सद्या क्योंकि एक जो नौजवान खून होंदा वो इन्ना सारी चीज़ों तो सीखता इन्ना सारी चीज़ों लैके अगे वधदा जामिया गोली कांड के विचाले सवाल यह उठ रहा है कि अनुराग ठाकुर होरां जिहड़ा बयान दिता उस तो बाद इहो जिहा हथियार आ जिहड़े लहराए जाते हैं तो गोलियां चलाइया जांदियां सुखविंदर सिंह तुसीं भी इस नूं इसे तरह समझते हो देखो बिल्कुल जी पोलीटिकल लीडर होंगे ने नौजवान भी किसी ना किसी विचारधारा के नाल किसी ना किसी आइडियोलॉजी या किसी ना किसी पार्टी तो प्रभावित होंदा है तो समर्थन करता है तो वह पार्टी जिहदे नाल नौजवान जुड़िया होया जिहदी आइडियोलॉजी नाल भावें उहदे पिछे बैकग्राउंड उहदी अपनी समझ होवे जां उहदा परिवार होवे जां उहदा धर्म होवे तो जदों उस पार्टी के आगू इहो जिहे बयान दिंदे ने तां उसका असर नौजवानां ते पैणा लाजमी आ कोई ना कोई वर्ग उस लीडर फॉलो कर रहा होंगे ना जे हम कोई इतने भारत की सियासत एम पी बनया एम एल ए बनया या किसी पार्टी का सकत्र बनया तो ओबियस जी गल आ कि एक फॉलोअर्स की लिस्ट आ जिदे नौजवान भी हो गए तो उन्होंने नौजवानों के जोड़ा अज एक मुंडा जिन्हें गोली चलाई आ जामिया मिलिया दे बार तो वह बंदा पूरी तरह के नाल हिंदुत्वी कट्टड़वादी आदि फेसबुक तो यह गल सामने आँदी आर एस एस की आइडियोलॉजी तो प्रभावित आ तो लगातार ये गल कह रहा है अपन जेसबुक पोस्टा कि मैं यहोजा काम करूँगा
ਤੇ ਉਹ ਅੱਜ ਜਾਂਦਾ ਆ ਤੇ ਸ਼ਰੇਆਮ ਦਿਖ ਰਿਹਾ ਕਿ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ, ਮੈਂ ਕਹੂੰਗਾ ਕਿ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਗੋਲੀ ਮਾਰਦਾ, ਕਿਉਂਕਿ ਤੁਸੀਂ ਵੀਡੀਓ ਕਲਿੱਪਸ ਦੇਖੋ ਪੁਲਿਸ ਪਿੱਛੇ ਖੜੀ ਆ। ਮੈਂ ਕਹਿੰਦਾ ਇੱਥੇ ਜੇ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ, ਅਸੀਂ ਬੋਲ ਵੀ ਦਈਏ ਆਪਣੀ ਗੱਲ ਕਿਸੇ ਧਰਨੇ 'ਤੇ ਬੈਠਿਆਂ 'ਤੇ ਵੀ ਸਾਡੇ 'ਤੇ ਗੋਲੀਆਂ ਚੱਲ ਜਾਂਦੀਆਂ ਨੇ, ਅਤੇ ਉਹ ਸ਼ਰੇਆਮ ਭਾਰਤ ਦੀ ਰਾਜਧਾਨੀ ਦੇ ਵਿੱਚ ਅੱਜ ਇੱਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਅੱਜ ਉਹ ਬੰਦਾ ਗੋਲੀ ਚਲਾ ਰਿਹਾ ਅਤੇ ਪੁਲਿਸ ਜਿਹੜੀ ਆ ਉਹ ਆਲੇ ਦੁਆਲੇ ਖੜ੍ਹ ਕੇ ਉਹਨੂੰ ਦੇਖ ਰਹੀ ਆ। ਤਾਂ ਜਿਹੜਾ ਤੁਹਾਡਾ ਸਵਾਲ ਸੀ ਉਹਦਾ ਜਵਾਬ ਇਹੀ ਹੈ ਕਿ ਇਹ ਅਸਰ ਕਰਦੀਆਂ ਨੇ, ਅਤੇ ਜਿਹੜੀ ਬੀਜੇਪੀ ਆ ਉਹ ਅੱਜ ਮੌਜੂਦਾ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਇੱਕ ਫਾਸਿਸਟ ਰਜੀਮ ਵੱਲ ਨੂੰ ਵੱਧ ਰਹੀ ਆ, ਅਤੇ ਉਹ ਜਿਹੜਾ ਇੱਥੋਂ ਦਾ ਵਰਗ ਉਸ ਦੇ ਨਾਲ ਜੁੜਿਆ ਹੋਇਆ, ਭਾਵੇਂ ਉਹ ਦੇਖੋ ਜਦੋਂ ਤੋਂ ਰਥ ਬਾਬਰੀ ਮਸਜਿਦ ਦਾ ਕੰਮ ਹੋਇਆ ਜਾਂ ਰੱਥ ਯਾਤਰਾ ਕੱਢੀ ਆ, ਤਾਂ ਹਿੰਦੂਇਜ਼ਮ ਨੂੰ ਜਿਹੜਾ ਹਿੰਦੁੱਤਵ ਦਾ ਮੋਲਡ ਦਿੱਤਾ ਗਿਆ ਇੱਥੋਂ ਦੀ ਪੋਲੀਟਿਕਸ ਵੱਲੋਂ, ਅਤੇ ਉਹਦੇ ਨਾਲ ਜਿਹੜਾ ਉਹ ਵਰਗ ਸਾਰਾ ਬੀਜੇਪੀ ਦੇ ਨਾਲ ਜੁੜਿਆ, ਅੱਜ ਉਹਨੂੰ ਉਹ ਲੋਕਾਂ ਦਾ ਕਤਲੇਆਮ ਕਰਨ ਲਈ ਤਿਆਰ ਕਰ ਰਿਹਾ। ਹਿੰਦੁੱਤਵ ਜਾਂ ਇਹ ਤਾਂ ਨਹੀਂ ਕਹਿੰਦਾ ਨਾ ਹਿੰਦੁੱਤਵ ਕੇ ਗੋਲੀ ਮਾਰ ਦਿਓ, ਨਹੀਂ ਹਿੰਦੁੱਤਵ ਕਹਿੰਦਾ ਹੈ, ਹਿੰਦੁਇਜ਼ਮ ਨਹੀਂ ਕਹਿੰਦਾ, ਹਿੰਦੁਇਜ਼ਮ ਨਹੀਂ ਕਹਿੰਦਾ, ਹਿੰਦੁੱਤਵ ਕਹਿੰਦਾ ਆ ਜਿਹੜੀ ਪੋਲੀਟਿਕਸ ਆਰਐਸਐਸ ਕਰ ਰਹੀ ਆ। ਹਾਂ ਹਿੰਦੁੱਤਵ ਕਹਿੰਦਾ ਗੋਲੀ ਮਾਰ ਦਿਓ, ਉਹ ਕਹਿੰਦਾ ਗੋਡਸੇ ਨਾਲ ਗੋਲੀ ਕਿੱਥੋਂ ਮਾਰੀ ਆ। ਹਾਂ ਗੋਡਸੇ ਨਾਲ ਗੋਲੀ ਕਿੱਥੋਂ ਮਾਰੀ ਆ, ਸਵਾਲ ਇਹ ਆ, ਇਹ ਗੋਡਸੇ ਦਾ ਨਾ ਜ਼ਿਕਰ ਕਰ ਲਿਆ, ਅੱਜ ਚਰਚਾ ਇਹ ਸ਼ੁਰੂ ਹੋ ਗਈ ਆ ਗਾਂਧੀ ਤੇ ਗੋਡਸੇ ਦੀ, ਜਦੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ, ਉਦੋਂ ਇਹ ਕਿਹਾ ਜਾ ਰਿਹਾ ਕਿ ਗੋਡਸੇ ਤੇ ਗਾਂਧੀ ਦੇ ਵਿਚਾਲੇ ਫਰਕ ਆ ਜਿਹੜਾ ਇਸ ਮੁਲਕ ਵਿੱਚ ਹੁਣ ਸਾਨੂੰ ਲੱਭਣਾ ਪਵੇਗਾ, ਸਾਨੂੰ ਦੱਸਣਾ ਪਵੇਗਾ, ਤੇ ਉਹਦੇ ਨਿਸ਼ਾਨੇ ਤੇ ਪ੍ਰਧਾਨ ਮੰਤਰੀ ਮੋਦੀ ਆ। ਅਸੀਂ ਤੇ ਅੱਜ ਆਪ ਦੋ ਜਗ੍ਹਾ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਹਾਂ, ਇੱਕ ਸਟੂਡੈਂਟਸ ਨੇ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਇਸੇ ਗੱਲ 'ਤੇ ਕੀਤਾ, ਤਖਤੀਆਂ ਫੜ ਕੇ ਔਰ ਸਾਰੇ ਗੱਲਬਾਤ ਹੋਈ, ਮੈਂ ਵੀ ਉੱਥੇ ਗੱਲ ਕੀਤੀ, 17 ਸੈਕਟਰ 'ਚ ਵੱਡਾ ਪ੍ਰੋਟੈਸਟ, ਬਾਅਦ ਵਿੱਚ ਵੱਡੇ ਵੱਡੇ ਬੈਨਰ ਫੜ ਕੇ ਜਿਹਦੇ ਵਿੱਚ ਗਾਂਧੀ ਜੀ ਨੂੰ ਗੋਲੀ ਮਾਰੀ ਦਿਖਾਈ ਹੋਈ ਹੈ, ਔਰ ਨਥੂਰਾਮ ਗੋਡਸੇ ਜਿਹੜਾ ਆ ਉਸ ਦੀ ਪੋਲੀਟਿਕਸ ਨੂੰ ਨਿੰਦਿਆ ਗਿਆ ਬੜੇ ਬੁਰੇ ਤਰੀਕੇ ਨਾਲ ਕਿ ਇਹ ਰਾਜਨੀਤੀ ਜਿਹੜੀ ਹਿੰਦੂ ਮਹਾਂਸਭਾ ਵਾਲੀ ਰਾਜਨੀਤੀ, ਜਿਹੜੀ ਕੱਟੜਵਾਦੀ ਰਾਜਨੀਤੀ, ਹਿੰਦੂ ਰਾਸ਼ਟਰ ਵਾਲੀ ਰਾਜਨੀਤੀ, ਕਾਂਸਟੀਟਿਊਸ਼ਨ ਦੇ ਵਿਰੁੱਧ ਜਿਹੜਾ ਸੈਕੂਲਰ ਕਾਂਸਟੀਟਿਊਸ਼ਨ ਆ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ, ਹਰ ਧਰਮ ਫਿਰਕੇ ਦੀ ਇੱਜ਼ਤ ਕਰਦਾ ਔਰ ਬਰਾਬਰਤਾ ਦਾ ਹੱਕ ਦਿੰਦਾ, ਉਸ ਦੇ ਵਿਰੁੱਧ ਜਿਹੜਾ ਇਹ ਸਾਰਾ ਪ੍ਰੋਟੈਸਟ ਚੱਲ ਰਿਹਾ, ਜਿਹੜਾ ਉਹਨਾਂ ਨੇ ਗੋਡਸੇ ਨੂੰ ਉੱਥੇ ਪੂਰੀ ਉਹਦੀ ਪਰਸਨਾ ਇਸ ਗੱਲ ਦੀ ਹੋਈ। ਹਾਲਾਂਕਿ ਸਾਡੇ ਇਹ 17 ਸੈਕਟਰ ਵਾਲੇ ਪ੍ਰੋਟੈਸਟ 3 ਵਾਰੀ ਸਾਨੂੰ ਕੁਛ ਆਰਐਸਐਸ ਦੇ ਲੋਕਾਂ ਨੇ ਉੱਥੇ ਆ ਕੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਅਸੀਂ ਆਰਾਮ ਦੇ ਨਾਲ ਹੈਂਡਲ ਕੀਤਾ। ਨਹੀਂ ਇੱਕ ਮਿੰਟ, ਮੈਨੂੰ ਥੋੜ੍ਹਾ ਜਿਹਾ ਕਲੀਅਰ ਕਰ ਦਿਓ, ਜੇ ਤੁਸੀਂ ਕਹਿੰਦੇ ਆਰਐਸਐਸ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਆਰਐਸਐਸ ਕੀ ਗੋਡਸੇ ਦੀ ਆਈਡੀਓਲੋਜੀ ਕਰਕੇ ਵਿਘਨ ਪਾ ਰਿਹਾ ਸੀ ਜਾਂ ਕੋਈ ਹੋਰ ਕਾਰਨ? ਬਿਲਕੁਲ ਇਹੀ ਹੈ ਕਿ ਤੁਸੀਂ ਜਿਹੜੇ ਇੱਥੇ ਸਾਰਾ ਬੰਚ ਇਕੱਠਾ ਹੋਇਆ ਕਿ ਸਿਟੀਜ਼ਨ ਅਗੇਂਸਟ ਜਿਹੜਾ CAA ਦੀ ਸਾਰੀ ਹੈ, ਜਿਹੜਾ ਫਿਰ ਸਿਟੀਜ਼ਨਸ਼ਿਪ ਦੀ ਗੱਲ ਅੱਜ ਚੱਲ ਰਹੀ ਹੈ, NRC ਦੀ ਗੱਲ ਚੱਲ ਰਹੀ ਹੈ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ, ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਵਿਰੋਧ ਤਾਂ ਵੀ ਕਰ ਰਹੇ ਸੀ, ਪਰ ਅਸੀਂ ਇਸ ਅੱਜ 30 ਜਨਵਰੀ ਨੂੰ, ਮੈਂ ਤਾਂ ਕਦੀ ਜ਼ਿੰਦਗੀ ਦੇ ਵਿੱਚ ਗਾਂਧੀ ਜੀ ਦੇ ਉਸ ਤਰ੍ਹਾਂ ਦੇ ਫੰਕਸ਼ਨ ਸੈਮੀਨਾਰਾਂ ਦੇ ਵਿੱਚ ਗਏ ਹੋਵਾਂਗੇ, ਪਰ ਇਸ ਪਰਟੀਕੁਲਰ ਡੇ 'ਤੇ ਆਪ ਕੋਈ ਚੀਜ਼ ਔਰਗੇਨਾਈਜ਼ ਕਰੀਏ ਅਸੀਂ ਕਦੀ ਨਹੀਂ ਜ਼ਿੰਦਗੀ 'ਚ ਕੀਤਾ, ਪਰ ਦੇਸ਼ ਦੇ ਅੰਦਰ ਹਾਲਾਤ ਇਹੋ ਜਿਹੇ ਬਣ ਗਏ ਆ ਕਿ ਸਾਨੂੰ ਰੀਵਿਜ਼ਿਟ ਕਰਨਾ ਪੈ ਰਿਹਾ ਕਿ 1948 'ਚ ਕੀ ਹੋਇਆ ਸੀ, ਔਰ ਉਹ ਹਿੰਦੂ ਮਹਾਂਸਭਾ ਦਾ ਹੀ ਕਾਰਕੁਨ ਨਥੂਰਾਮ ਗੋਡਸੇ ਸੀ। ਬਿਲਕੁਲ ਬਿਲਕੁਲ, ਔਰ ਉਹ ਹੀ ਹਾਲਾਤ ਉਦੋਂ ਗਾਂਧੀ ਜੀ ਨੇ ਜੇ ਆਪਣੀ ਸਾਰੀ ਜ਼ਿੰਦਗੀ ਸੈਕਰੀਫਾਈਸ ਕੀਤੀ ਤਾਂ ਇਸੇ ਗੱਲ 'ਤੇ ਸੀ ਕਿ ਫਿਰਕਾ ਪ੍ਰਸਤੀ ਦੇ ਵਿਰੁੱਧ ਸੀ, ਉਹ ਸ਼ਾਂਤੀ ਚਾਹੁੰਦੇ ਸੀ, ਦੇਸ਼ ਨੂੰ ਵੰਡਿਆ ਜਾਣਾ ਨਹੀਂ ਸੀ ਚਾਹੁੰਦੇ, ਪਰ ਇਹ ਲੋਕ ਜਿਹੜੇ ਸੀ ਨਥੂਰਾਮ ਗੋਡਸੇ ਜਾਂ ਹਿੰਦੂ ਮਹਾਂਸਭਾ ਜਾਂ ਹੋਰ ਇਹਨਾਂ ਦੇ ਜਿਹੜੇ ਬਾਕੀ ਦੇ ਕੈਂਪ ਫਾਲੋਅਰ ਸੀ, ਉਹ ਇਹ ਚਾਹੁੰਦੇ ਸੀ ਕਿ ਇੱਥੇ ਜੇ ਇੱਕ ਉੱਥੇ ਇਸਲਾਮਿਕ ਸਟੇਟ ਪਾਕਿਸਤਾਨ 'ਚ ਬਣਦੀ ਹੈ ਤਾਂ ਸਾਡੇ ਇੱਥੇ ਹਿੰਦੂ ਰਾਸ਼ਟਰ ਬਣਨਾ ਚਾਹੀਦਾ, ਔਰ ਉਹ ਅੱਜ ਫਿਰ ਉਸ ਕਿਸਮ ਦੀ ਰਾਜਨੀਤੀ ਸ਼ੁਰੂ ਹੋ ਗਈ। ਠੀਕ, ਹਰਜੀਤ ਸਿੰਘ ਭੁੱਲਰ, ਆਰਐਸਐਸ ਕੀ ਗੋਡਸੇ ਦੀ ਆਈਡੀਓਲੋਜੀ ਨੂੰ ਫੋਲੋ ਕਰਦੀ ਹੈ? ਦੇਖੋ ਇਸ ਤਰ੍ਹਾਂ ਹੈ ਕਿ ਆਪਾਂ ਘੁੰਮ ਫਿਰ ਕੇ ਉੱਥੇ ਗੋਡਸੇ ਨੂੰ ਲੈ ਆਉਂਦੇ ਹਾਂ, ਕਦੀ ਕਿਸੇ ਨੂੰ ਲੈ ਆਉਂਦੇ ਹਾਂ, ਅੱਜ 30 ਤਰੀਕ ਕਰਕੇ, ਨਹੀਂ 30 ਤਰੀਕ ਹੈ ਤਾਂ ਉਹ 'ਚ ਕੀ ਮਹੱਤਤਾ ਹੈ, ਕੀ ਹੈ ਨਹੀਂ, ਆਪਾਂ ਕੀ ਇੰਪੋਰਟੈਂਸ ਦੇਣਾ ਚਾਹੁੰਦੇ ਹਾਂ ਉਸ ਚੀਜ਼ ਨੂੰ, ਜਿਸ ਮਹਾਤਮਾ ਗਾਂਧੀ ਨੇ, ਜਿਸ ਮਹਾਤਮਾ ਗਾਂਧੀ ਨੇ ਦੇਸ਼ ਦੀ ਵੰਡ ਕਰਾਈ ਹੋਵੇ, ਤੁਸੀਂ ਕੀ ਮਹੱਤਤਾ ਦੇਣੀ ਚਾਹੁੰਦੇ ਹੋ? ਇੱਕ ਮਿੰਟ ਪ੍ਰਸਮ ਜੀ, ਭੁੱਲਰ ਸਾਹਿਬ, ਸਵਾਲ ਇਹ ਹੈਗਾ, ਰਾਹੁਲ ਗਾਂਧੀ ਗੋਡਸੇ ਦੇ ਬਾਰੇ ਇਹ ਬਿਆਨ ਦਿੰਦੇ ਆ ਤੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨ ਲਾਉਂਦੇ ਆ, ਬੀਜੇਪੀ ਨੂੰ ਸੰਘ ਨੂੰ ਜਵਾਬ ਤਾਂ ਦੇਣਾ ਪਊਗਾ ਨਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਰਾਹੁਲ ਗਾਂਧੀ ਦੀ ਗੱਲ ਤੇ ਕਿਸੇ ਤੇ ਤਵੱਜੋ ਦੇਣੀ ਬਣਦੀ ਨਹੀਂ ਹੈਗੀ, ਤੇ ਫਿਰ ਕਿਉਂਕਿ ਉਹ ਤੇ ਇੱਕ ਮੰਦਬੁੱਧੀ ਬੰਦਾ ਹੈ, ਉਹਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਕੀ ਬੋਲ ਗਿਆ। ਫਿਰ ਇਹ ਸਵਾਲ ਦਾ ਜਵਾਬ ਦੇਣਾ, ਗੋਡਸੇ ਦੀ ਆਈਡੀਓਲੋਜੀ ਨੂੰ ਆਰਐਸਐਸ ਫੋਲੋ ਕਰਦੀ ਹੈ? ਦੇਖੋ ਆਰਐਸਐਸ ਦੀ ਆਪਣੀ ਆਈਡੀਓਲੋਜੀ ਹੈ, ਉਹ ਕਿਸੇ ਦੀ ਗੋਡਸੇ ਨੂੰ ਫੋਲੋ ਕਰਦੀ ਹੈ? ਮੇਰੀ ਗੱਲ ਸੁਣੀ, ਮੈਂ ਤੁਹਾਨੂੰ ਕਹਿ ਤੀ ਕਿ ਸੰਘ ਦੀ ਆਪਣੀ ਆਈਡੀਓਲੋਜੀ ਹੈ ਔਰ ਸੰਘ ਦੀ ਆਈਡੀਓਲੋਜੀ ਦੇ ਨਾਲ ਸੰਘ ਦੀ ਵਿਚਾਰਧਾਰਾ ਦੇ ਨਾਲ ਲੋਕ ਜੁੜੇ ਹੋਏ ਆ, ਸੰਘ ਲਈ ਗੋਡਸੇ ਵੀ ਹੋ ਸਕਦਾ, ਸੰਘ ਲਈ ਗੋਡਸੇ ਹੀਰੋ ਹੈ? ਮੈਂ ਤੁਹਾਨੂੰ ਕੀ ਕਹਿ ਰਹੀ ਵੀ ਉਹਦੇ 'ਚ ਗੋਡਸੇ ਵੀ ਹੋ ਸਕਦਾ ਕਿ ਜਿਹੜਾ ਸੰਘ ਦੀ ਵਿਚਾਰਧਾਰਾ ਨੂੰ ਮੰਨਦਾ ਹੋਵੇ, ਲੇਕਿਨ ਸੰਘ ਦੀ ਵਿਚਾਰਧਾਰਾ ਨਾਲ ਅੱਜ ਸੰਘ ਜਿਹੜਾ ਹੈ ਵਰਲਡ ਦਾ
ਔਰ ਮੈਂ ਇੱਕ ਗੱਲ ਕਹਿ ਰਿਹਾ ਮਤਲਬ ਪ੍ਰਧਾਨ ਮੰਤਰੀ ਸਾਹਿਬ ਜਾਂ 150 ਵੀ ਜਨਤੀ ਜਿਹੜੀ ਮਨਾਉਂਦੇ ਹੋ ਤੁਸੀਂ ਇਹਨੇ ਤੁਸੀਂ ਸਮਾਗਮ ਕਰਦੇ ਹੋ ਇਹਦਾ ਮਤਲਬ ਸਭ ਉਹ ਦਿਖਾਵਾ ਕਿਸੇ ਦਾ ਦਿਖਾਵਾ ਅਲੱਗ ਚੀਜ਼ ਹੈ ਲੇਕਿਨ ਬਹੁਤ ਸਾਰੀ ਦੁਨੀਆਂ ਚ ਮੰਨਦੀ ਹੈ ਉਸ ਚੀਜ਼ ਨੂੰ ਔਰ ਇਸੇ ਕਰਕੇ ਸੰਘ ਜਿਹੜਾ ਹੈਗਾ ਸਭ ਤੋਂ ਵੱਡਾ ਇੱਕ ਅੱਜ ਅਦਾਰਾ ਬਣ ਗਿਆ ਸਭ ਤੋਂ ਵੱਡੀ ਇੱਕ ਸੰਸਥਾ ਬਣ ਗਈ ਹੈ ਦੁਨੀਆਂ ਦੀ ਔਰ ਹੁਣ ਇੱਕ ਕਰਕੇ ਮੇਰੇ ਕੋਲ ਜਵਾਬ ਲੈ ਲਿਓ ਕਿਉਂਕਿ ਤੁਸੀਂ ਚਾਰ ਜਣਿਆਂ ਦੇ ਜਵਾਬ ਮੈਂ ਦੇਣੇ ਹੈ ਸਾਡੇ ਪ੍ਰਵਕਤਾ ਨੇ ਮੇਰੇ ਭਰਾ ਦੇਖੋ ਇਹ ਗੱਲਾਂ ਕਰਦੇ ਨੇ ਅੱਤਵਾਦ ਦੀਆਂ ਹੋਰ ਇਹਨਾਂ ਦਾ ਮੁਖੀ ਸਭ ਤੋਂ ਪਹਿਲਾਂ ਪੰਜਾਬ ਜਦੋਂ ਆਇਆ ਔਰ ਸਭ ਤੋਂ ਵੱਡੀ ਹਾਰ ਦੀ ਵਜ੍ਹਾ ਵੀ ਉਹੀ ਚੀਜ਼ ਬਣੀ ਜਦੋਂ ਮੋਗੇ ਦੇ ਵਿੱਚ ਇੱਕ ਅੱਤਵਾਦੀ ਦੇ ਘਰੇ ਗਿਆ ਅੱਜ ਇਹਨਾਂ ਦਾ ਡਿਪਟੀ ਸੀਐਮ ਸ਼ਰੇਆਮ ਮੀਡੀਆ ਦੇ ਵਿੱਚ ਇਹ ਕਹਿੰਦਾ ਕਿ ਅਸੀਂ ਸ਼ਾਹੀਨ ਬਾਗ ਦੇ ਨਾਲ ਹੈ ਅਗਰ ਸ਼ਾਹੀਨ ਬਾਗ ਦੇ ਨਾਲ ਹੋ ਤਾਂ ਫਿਰ ਲੋਕਾਂ ਨੂੰ ਜਾ ਕੇ ਉੱਥੋਂ ਦੀ ਜਿਹੜੇ ਹਰਾਸ ਹੋ ਰਹੇ ਨੇ ਉਹਨਾਂ ਦੇ ਹਰਾਸਮੈਂਟ ਤਾਂ ਦੇਖੋ ਨਾ ਤੁਸੀਂ ਜਾ ਕੇ ਉਹਨਾਂ ਨੂੰ ਮਨਾਓ ਤੁਸੀਂ ਹਟਾ ਲਓ ਜਦੋਂ ਦੀ ਨਾਲ ਉਹ ਤੁਹਾਡੇ ਜਾ ਕੇ ਸਪੋਂਸਰ ਕੀਤੀ ਹੋਈ ਚੀਜ਼ ਹੈ ਉੱਥੇ ਤੁਹਾਡੇ ਸਪੋਂਸਰ ਕੀਤੇ ਹੋਏ ਬੰਦੇ ਨੇ ਉਹਨਾਂ ਨੂੰ ਹਟਾ ਸਕਦੇ ਤੁਸੀਂ ਕਿਉਂ ਨਹੀਂ ਹਟਾਉਂਦੇ ਕੇਜਰੀਵਾਲ ਕਿਉਂ ਨਹੀਂ ਜਾਂਦਾ ਉੱਥੇ ਅਦਰਵਾਈਜ਼ ਤਾਂ ਤੁਸੀਂ ਹਰ ਕਿਸੇ ਦੇ ਨੱਥੂ ਕਹਿਰੇ ਦੇ ਘਰੇ ਪਹੁੰਚ ਜਾਂਦੇ ਹੋ ਤੁਸੀਂ ਮਾੜੀ ਜਿਹੀ ਗੱਲ ਹੁੰਦੀ ਹੈ ਇੱਥੇ ਜਾਂਦਾ ਕੀ ਪ੍ਰੋਬਲਮ ਹੈ ਤੀਸਰੇ ਮੇਰੇ ਜਿਹੜੇ ਸਾਥ ਤੋਂ ਆਏ ਹੋਏ ਨੇ ਯੂਨੀਵਰਸਿਟੀ ਤੋਂ ਇਹਨਾਂ ਨੇ ਗੱਲ ਕਹੀ ਜਿਹੜੀ ਕਿ ਮੈਨੂੰ ਬੜੀ ਉਹ ਲੱਗੀ ਕਿ ਸਿੱਖ ਬੰਦੂਕ ਚੱਕ ਲਏ ਜਾਂ ਕੋਈ ਮੁਸਲਮਾਨ ਚੱਕ ਲਏ ਪੰਜਾਬ ਦੇ ਵਿੱਚ ਆਪਣੀ ਗੱਲ ਦਾ ਜਵਾਬ ਲੈ ਲਿਓ ਇੱਕ ਮਿੰਟ ਆਪਣੀ ਗੱਲ ਦਾ ਜਵਾਬ ਲੈ ਲਿਓ ਤੁਸੀਂ ਤੇ ਉਸ ਮੂਵਮੈਂਟ ਨੂੰ ਦੇਖਿਆ ਵੀ ਨਹੀਂ ਹੋਣਾ ਜਿਹੜੀ ਪੰਜਾਬ ਚੱਲੀ ਸੀ ਜਿਸ ਤਰੀਕੇ ਨਾਲ ਲੋਕਾਂ ਨੂੰ ਕੱਟ ਕਰਕੇ ਗੋਲੀਆਂ ਮਾਰੀਆਂ ਜਾਂਦੀਆਂ ਸੀ ਔਰ ਜਿਸ ਤਰੀਕੇ ਨਾਲ ਜਵਾਨੀ ਜਿਹੜੀ ਹੈ ਪੰਜਾਬ ਦੀ ਚਾਹੇ ਉਹ ਸਰਕਾਰ ਵੱਲੋਂ ਚਾਹੇ ਜਿਹੜੇ ਉਗਰਵਾਦ ਸੀਗਾ ਉਹਦੇ ਵੱਲੋਂ ਜਿਹੜੀ ਖਤਮ ਕੀਤੀ ਗਈ ਚਲੋ ਭੁੱਲੋ ਸਾਹਿਬ ਠੀਕ ਠੀਕ ਤੁਸੀਂ ਤਰਕ ਦੇ ਦਿਓ ਪਰ ਆਪਾਂ ਇਸ ਸਵਾਲ ਨੂੰ ਛੋਟਾ ਨਹੀਂ ਕਰ ਸਕਦੇ ਤੁਸੀਂ ਦੇਖਿਆ ਨਹੀਂ ਹੋਊਗਾ ਫਿਰ ਗੋਡਸੇ ਦੇ ਗਾਂਧੀ ਨੂੰ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਇੱਕ ਮਿੰਟ ਫਿਰ ਤਾਂ ਡਿਬੇਟ ਇੱਥੇ ਖਤਮ ਹੋ ਜਾਂਦੀ ਨਾ ਜਵਾਬ ਬੋਲੋ ਬੋਲੋ ਗੱਲ ਹੈ ਕਿ ਅੱਜ ਸੀਏ ਦੇ ਉੱਤੇ ਜੋ ਉੱਥੇ ਚੱਲ ਰਿਹਾ ਹੈਗਾ ਜੋ ਉੱਥੇ ਬਿਆਨਬਾਜ਼ੀ ਚੱਲ ਰਹੀ ਹੈ ਉਹ 'ਚ ਗੋਡਸੇ ਦਾ ਗਾਂਧੀ ਦਾ ਕੋਈ ਲੈਣਾ ਦੇਣਾ ਹੈ ਨਹੀਂ ਠੀਕ ਹੈ ਆਪਾਂ ਹੁਣ ਉਸ ਚੀਜ਼ ਨੂੰ ਤੁਸੀਂ 1948 ਜਾਂ 1947 ਲੈ ਕੇ ਜਾਣਾ ਚਾਹੁੰਦੇ ਹੋ ਅਤੇ ਉਸ ਚੀਜ਼ ਦੇ ਜਿਹੜੇ ਆਪਣੇ ਲਫ਼ਜ਼ ਨੂੰ ਸਾਡੇ ਮੂੰਹ 'ਚ ਪਾਉਣਾ ਚਾਹੁੰਦੇ ਉਹ ਨਹੀਂ ਪੈਣੇ ਦੂਸਰੀ ਗੱਲ ਸ਼ਾਹੀਨ ਬਾਗ 'ਚ ਸਭ ਤੋਂ ਪਹਿਲਾਂ ਉੱਥੇ ਪਿਸਟਲ ਲਹਾਇਆ ਗਿਆ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਜਾਮੀਆ ਯੂਨੀਵਰਸਿਟੀ ਦੇ ਬਾਹਰ ਜਿਹੜੇ ਹੈਗੇ ਪੈਟਰੋਲ ਬੰਬ ਸੁੱਟੇ ਗਏ ਆ ਬੱਸਾਂ ਫੁੱਕੀਆਂ ਗਈਆਂ ਨੇ ਅੱਜ ਉਹ ਨੌਜਵਾਨ ਤਾਂ ਨਜ਼ਰ ਆ ਰਿਹਾ ਤੁਹਾਨੂੰ ਜਿਹਨੇ ਉੱਥੇ ਗੋਲੀ ਚਲਾਈ ਪਿਸਟਲ ਲਹਾਇਆ ਉਹ ਨੌਜਵਾਨ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਨੇ ਉੱਥੇ ਬੰਦ ਕਰਕੇ ਔਰ ਇਹ ਕਿਹਾ ਕਿ ਇੱਥੇ ਪੁਲਿਸ ਸਾਹਿਬ ਸ਼ਾਹੀਨ ਬਾਗ ਦੇ ਵਿੱਚ ਪਿਸਟਲ ਲਹਿਰਾਈ ਗਈ ਹੈ ਤੁਹਾਡੀ ਪੁਲਿਸ ਨੇ ਉੱਥੇ ਕੀ ਕਾਰਵਾਈ ਕੀਤੀ ਦੇਖੋ ਮੈਂ ਤੁਹਾਨੂੰ ਉਹੀ ਕਿਹਾ ਕਿ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਉਹ ਜੋ ਵੀ ਕਰੇਗੀ ਆਪਣੀ ਕਰੇਗੀ ਲੇਕਿਨ ਆਪਾਂ ਨਿਰਾਪੁਰਾ ਇਹ ਕਹਿ ਦਈਏ ਜੀ ਉੱਥੇ ਜੀ ਨੌਜਵਾਨ ਨੇ ਆਪਾਂ ਬਾਕੀ ਚੀਜ਼ਾਂ ਕਿਉਂ ਔਖੇ ਪਰੋਲੇ ਕਰ ਦਿੰਦੇ ਹਾਂ ਕਿਉਂ ਉਸ ਟਾਈਮ ਦੇ ਵਿੱਚ ਅੱਖਾਂ ਬੰਦ ਹੋ ਜਾਂਦੀਆਂ ਦੂਜੇ ਪਾਸੇ ਨੂੰ ਅਸੀਂ ਇੱਕ ਪਾਸਾ ਕਿਉਂ ਦੇਖਦੇ ਹਾਂ ਸਿੱਕੇ ਦਾ ਦੂਜਾ ਪਾਸਾ ਕਿਉਂ ਨਹੀਂ ਦੇਖਦੇ ਇੱਕ ਪਾਸਾ ਦੇਖ ਰਹੇ ਹਾਂ ਸਤਵੀਰ ਵਾਲੀਆ ਦੂਸਰੀ ਇੱਕ ਪਾਸਾ ਸਾਹਿਬ ਇੰਨਾ ਵਕਤ ਤੁਹਾਨੂੰ ਦਿੱਤਾ ਵਕਤ ਦੇ ਰਿਹਾ ਮੈਂ ਕੱਲਾ ਔਰ ਮੈਂ ਚਾਰ ਜਾਣੇ ਜਵਾਬ ਦੇ ਰਿਹਾ ਚਾਰ ਜਾਣੇ ਤਿੰਨ ਜਾਣੇ ਜਵਾਬ ਦੇ ਰਹੇ ਪ੍ਰੋਫੈਸਰ ਸਾਹਿਬ ਦੀ ਗੱਲ ਦਾ ਜਵਾਬ ਦੇ ਦਿੰਦੇ ਅੱਜ ਪ੍ਰੋਫੈਸਰ ਸਾਹਿਬ ਨੇ ਬੜਾ ਪੁਆਇੰਟ ਆਊਟ ਕਰਕੇ ਕਿਹਾ ਜੀ ਉੱਥੇ ਜੀ ਆਰ ਐਸ ਐਸ ਲੋਕ ਆਏ ਸੀਗੇ ਜੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਸਮਝਾਇਆ ਜੀ ਕੀ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਥੇ ਆ ਕੇ ਜੀ ਕਿ ਤੁਸੀਂ ਗੋਡਸੇ ਨੂੰ ਨਿੰਦਦੇ ਕਿਉਂ ਨਹੀਂ ਦੇਖੋ ਤੁਸੀਂ ਅੱਜ ਗੋਡਸੇ ਕਿੱਥੋਂ ਤੁਹਾਨੂੰ ਯਾਦ ਆ ਗਿਆ ਜੀ ਅੱਜ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਕਿਹੜੀ ਵਾਲੀ ਦਿਖਾਉਣਾ ਚਾਹੁੰਦੇ ਲੋਕਾਂ ਨੂੰ ਅੱਜ ਗੋਲੀ ਮਾਰੀ ਗਈ ਨਹੀਂ ਤੁਸੀਂ ਕਿਹੜੀ ਵਾਲੀ ਦਿਖਾਉਣਾ ਚਾਹੁੰਦੇ ਹੋ ਤੁਸੀਂ ਇੱਕ ਮਿੰਟ ਭੱਲਣ ਸਾਹਿਬ ਗੋਡਸੇ ਦਾ ਤੁਸੀਂ ਵੀ ਨਿੰਦੇ ਨਹੀਂ ਪਏ ਨਾ ਗੋਡਸੇ ਤੇ ਗਾਂਧੀ ਵਾਲੀ ਡਿਬੇਟ ਚ ਅਸੀਂ ਕਿਉਂ ਪੈ ਜਾ ਰਹੇ ਹਾਂ ਕਿਉਂ ਅਸੀਂ ਇੰਨਾ ਪਿੱਛੇ ਜਾ ਰਹੇ ਹਾਂ ਰਾਸ਼ਟਰਵਾਦ ਦਾ ਜਿਹੜਾ ਇੱਕ ਇੱਥੇ ਸਾਰਾ ਸੁਨੇਹਾ ਦਿੱਤਾ ਜਾ ਰਿਹਾ ਖੋਤੀ ਰਾਸ਼ਟਰਵਾਦ ਦਾ ਉਹ ਸਭ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਨਫ਼ਰਤ ਵਾਲੀ ਸਿਆਸਤ ਹੈ ਉਹ ਗੋਡਸੇ ਗਾਂਧੀ ਤੋਂ ਸ਼ੁਰੂ ਹੁੰਦੀ ਹੈ ਜਾਂ ਉਸ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਜਾਂ ਇਸ ਦਾ ਅੰਤ ਕੋਈ ਹੋਵੇਗਾ ਕਿ ਨਹੀਂ ਹੋਵੇਗਾ ਇਸ ਦਾ ਅੰਤ ਸਿਰਫ ਵੋਟਾਂ ਲੈਣ ਤੱਕ ਸੀਮਤ ਹੈਗਾ ਜਾਂ ਇਸ ਦਾ ਅੰਤ ਕੁਛ ਹੋਰ ਹੈਗਾ ਸਵਾਲ ਇਹ ਵੀ ਹੈਗਾ ਕਿਉਂਕਿ ਜਦੋਂ ਨੌਜਵਾਨ ਇਹ ਸਵਾਲ ਪੁੱਛਣੇ ਸ਼ੁਰੂ ਕਰ ਦੇਣ ਕਿ ਸਾਡੇ ਲੀਡਰ ਤਾਂ ਹੁਣ ਸਾਨੂੰ ਇਹ ਕਹਿੰਦੇ ਆ ਕਿ ਗੋਲੀ ਮਾਰੋ ਸਾਡੇ ਲੀਡਰ ਤਾਂ ਸਾਨੂੰ ਇਹ ਕਹਿੰਦੇ ਆ ਕਿ ਸ਼ਾਹੀਨ ਬਾਗ ਦੇ ਵਿੱਚ ਗਦਾਰ ਬੈਠੇ ਆ ਉਦੋਂ ਅਸੀਂ ਕਿੱਧਰ ਜਾਈਏ ਇਹ ਨੌਜਵਾਨਾਂ ਲਈ ਡਿਬੇਟ ਮੈਂ ਕਰ ਰਿਹਾ ਇਸ ਕਰਕੇ ਮੇਰਾ ਸਵਾਲ ਪੁੱਛਣਾ ਲਾਜ਼ਮੀ ਹੈਗਾ ਕਿ ਦੇਸ਼ ਦਾ ਭਵਿੱਖ ਆ ਜਿਹੜਾ ਇਹਨਾਂ ਲੀਡਰਾਂ ਨੂੰ ਫੋਲੋ ਕਰੇ ਕਿ ਨਾ ਕਰੇ ਕਿਉਂਕਿ ਲੀਡਰ ਆਪਦੇ ਆਪ ਨੂੰ ਰੋਲ ਮਾਡਲ ਕਹਾਉਂਦੇ ਆ ਜਦੋਂ ਰੋਲ ਇਹਨਾਂ ਨੂੰ ਇਹੋ ਜਿਹੇ ਮਿਲ ਅਤੇ ਉਸ ਤੋਂ ਬਾਅਦ ਗੋਲੀਆਂ ਚੱਲ ਜਾਣ ਅਤੇ ਫਿਰ ਸਵਾਲ ਆਪਣੇ ਆਪ ਖੜ੍ਹੇ ਹੁੰਦੇ ਆ ਕਿ ਸਾਡਾ ਮੁਲਕ ਜਾ ਕੇ ਦਿਨ ਰਿਹਾ ਬ੍ਰੇਕ ਤੋਂ ਵਾਪਸ ਆ ਰਿਹਾ
ਸਾਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦਿੱਲੀ ਦੇ ਸਿਆਸੀ ਦੰਗਲ ਵਿੱਚ ਭੜਕਾਊ ਭਾਸ਼ਣ ਤੋਂ ਬਾਅਦ ਗੋਲੀ ਕਾਉਣ ਦੀ ਕ੍ਰੋਨੋਲੋਜੀ ਹੈ ਕੀ ਹੈ? ਸੁਖਵਿੰਦਰ, ਤੁਹਾਨੂੰ ਸਮਝ ਆਉਂਦੀ ਕ੍ਰੋਨੋਲੋਜੀ ਹੈ ਕੀ ਹੈ? ਕ੍ਰੋਨੋਲੋਜੀ ਤਾਂ ਸਿੰਪਲ ਜੀ ਗੱਲ ਆ ਜੀ, ਮਤਲਬ ਕ੍ਰੋਨੋਲੋਜੀ ਅੱਜ ਤੋਂ ਨਹੀਂ ਚੱਲੀ ਆ ਇਹ, ਅਸਲ ਦੇ ਵਿੱਚ ਜਦੋਂ ਸਾਵਰਕਰ ਆ ਭਾਵੇਂ ਉਹ ਤੋਂ ਬਾਅਦ ਜਿਹੜੇ RSS ਦੇ ਸਾਰੇ ਆਈਡੀਓਲੋਗ ਹੋਏ ਆ, ਬਲਕਿ ਉਹਦੇ ਵਿੱਚ ਜਿਹੜਾ ਸਾਡਾ ਨਜ਼ਰੀਆ ਆ ਐਜ਼ ਅ ਸਿੱਖ, ਜਿਹੜਾ ਮੇਰਾ ਨਜ਼ਰੀਆ, ਸਾਡੀ ਜਥੇਬੰਦੀ ਦਾ ਨਜ਼ਰੀਆ ਆ ਕਿ ਜਿਹੜੀ ਆ ਭਾਰਤ ਦੀ ਸਾਰੀ ਸੱਤਾ ਆ ਇਹਦੇ ਵਿੱਚ ਗਾਂਧੀ ਵੀ ਉਸੇ ਦਾ ਹਿੱਸਾ ਆ, ਕਿ ਜਿਹੜੀ ਗੱਲ ਅੱਜ ਇਹ ਕਹਿ ਰਿਹਾ ਕਿ RSS ਐਡੀ ਵੱਡੀ ਜਥੇਬੰਦੀ ਆ, ਮਤਲਬ ਉਹ ਇੱਕ ਤਰ੍ਹਾਂ ਨਾਲ ਉਹਨੂੰ ਇਹ ਮਤਲਬ ਕਿਹਾ ਜਾ ਰਿਹਾ ਕਿ ਵੱਡੀ ਜਥੇਬੰਦੀ ਆ ਤਾਂ ਜੋ ਮਰਜ਼ੀ ਕਰੇ, ਜਿਹੜਾ ਮਜੋਰਟੇਰੀਅਨ ਕਨਸੈਪਟ ਆ, ਕਿ ਜਿਹੜੇ ਸਾਰੇ ਵੀ ਭਾਰਤੀ ਜਿਹੜੀ ਮੇਨ ਸਟ੍ਰੀਮ ਆ ਉਹਦੇ ਜਿਹੜੇ ਲੀਡਰਸ ਹੋਏ ਆ, ਉਹਨਾਂ ਨੇ ਅੱਜ ਇੱਕੋ ਪਲੈਟਫਾਰਮ ਮੁਹੱਈਆ ਕਰਵਾਇਆ ਜਿੱਥੇ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਭਾਵੇਂ ਉਹ ਮੁਸਲਿਮਸ ਨੇ, ਕੱਲ੍ਹ ਨੂੰ ਆ ਕੇ ਹਮਲਾ ਸਾਡੇ 'ਤੇ ਪਹਿਲਾਂ ਹੋਇਆ, ਹੁਣ ਫਿਰ ਹਮਲਾ ਸਿੱਖਾਂ ਦੇ ਉੱਤੇ ਫਿਰ ਹੋਊਗਾ, ਕਿ ਉਹ ਸਾਡੇ ਮੁਤਾਬਕ ਭਾਵੇਂ ਉਹ ਧਰਮ ਪਰਿਵਰਤਨ ਕਰਨ, ਜਿਹੜੀ RSS ਦੀ ਵਿਚਾਰਧਾਰਾ ਉਹਦੇ ਮੁਤਾਬਕ ਉਸ ਜੀਵਨ ਜਾਂਚ ਨੂੰ ਜਿਉਣ, ਜਿਹੜਾ ਫਿਰ ਉਹੀ ਜਿਹੜਾ ਹਿੰਦੂ ਰਾਸ਼ਟਰ ਵਾਲਾ ਕਨਸੈਪਟ ਆ ਉਹਦੇ ਧਾਰਨੀ ਹੋ ਕੇ ਉਹ ਆਪਣੀ ਜ਼ਿੰਦਗੀ ਇੱਥੇ ਬਸਰ ਕਰਨ, ਜਿਹੜਾ ਕੋਈ ਵੀ ਵਿਰੋਧ ਕਰੂੰਗਾ ਉਸ ਨੂੰ ਇਸੇ ਤਰ੍ਹਾਂ ਦੇ ਨਾਲ ਉਸਨੂੰ ਨਜਿੱਠਿਆ ਜਾਊਂ। ਉਹਦੇ ਵਾਸਤੇ ਜਿਹੜਾ ਸਭ ਤੋਂ ਵਧੀਆ ਢੰਗ ਆ ਉਹ ਜਿਹੜੀ ਇੱਕ ਪਵਿੱਤਰਤਾ, ਰਾਸ਼ਟਰਵਾਦ ਦੀ ਪਵਿੱਤਰਤਾ ਦਾ ਕਨਸੈਪਟ, ਜਿਹੜਾ ਕਦੇ ਉਹ ਭਾਰਤ ਮਾਤਾ ਸਿਰਜੀ ਗਈ ਅਤੇ ਅੱਜ ਉਸ ਨੂੰ ਪੂਜਿਆ ਜਾਂਦਾ ਆ, ਕਿ ਕੋਈ ਵੀ ਬੰਦਾ ਆਪਣੇ ਹੱਕ ਦੀ ਆਵਾਜ਼ ਚੁੱਕਦਾ ਤਾਂ ਬੜਾ ਸੌਖੀ ਜਿਹੀ ਗੱਲ ਆ, ਖਾਸ ਤੌਰ 'ਤੇ ਜੋ ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਜੁੜਿਆ, ਕਿ ਉਸ ਨੂੰ ਕਹਿ ਦਿਓ ਕਿ ਭਾਰਤ ਮਾਤਾ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਗੱਲ ਆ ਅਤੇ ਉਸ ਨੂੰ ਗੋਲੀ ਮਾਰੋ। ਅਤੇ ਮਤਲਬ ਇਹ ਆ ਕਿ ਕ੍ਰੋਨੋਲੋਜੀ ਹੈ ਜਿਹੜੀ ਅੱਜ ਦੀ ਨਹੀਂ ਆ, ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇਹ ਭਾਰਤ ਦੀ ਪੋਲਿਟੀ ਇੱਥੇ ਖੜ੍ਹੀ ਹੋਈ ਆ, ਜਦੋਂ ਸਿੱਖ ਰਾਜ ਆਇਆ ਇਸ ਖਿੱਤੇ ਦੇ ਵਿੱਚ, ਉਸ ਤੋਂ ਬਾਅਦ ਅੰਗਰੇਜ਼ ਆਏ, ਅੰਗਰੇਜ਼ਾਂ ਦਾ ਜਿਹੜਾ ਉਹ ਵੈਸਟ ਵਾਲਾ ਜਿਹੜਾ ਰਾਜ ਪ੍ਰਬੰਧ ਸੀ ਉਹ ਬੜਾ ਸੂਟ ਕੀਤਾ ਇੱਥੋਂ ਦੇ ਜਿਹੜੇ ਹਿੰਦੂ ਆਈਡੀਓਲੋਗ ਸੀ ਉਹਨਾਂ ਨੂੰ, ਅਤੇ ਉਹਨਾਂ ਨੇ ਸਥਾਪਤੀ ਕੀਤੀ ਆ। ਇਸ ਕਰਕੇ ਇਸ ਕ੍ਰੋਨੋਲੋਜੀ ਨੂੰ ਤੁਸੀਂ ਜਿੱਥੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਉੱਥੋਂ ਵੀ ਨਾ ਕਰੋ, ਅਤੇ ਅੱਜ ਇਹ ਗੱਲ ਜਿਹੜੀ ਆ ਹੁਣ ਕਲੀਅਰ ਆ, ਸਾਨੂੰ ਇਹ ਗੱਲ ਕਲੀਅਰ ਆ ਕਿ BJP ਆ ਉਹ ਪੱਕੀ ਆਪਣੀ ਇਸ ਗੱਲ 'ਤੇ ਦ੍ਰਿੜ ਆ ਕਿ ਉਸ ਨੇ ਇੱਥੇ ਲੋਕਾਂ ਦੇ ਛਿੱਤਰ ਮਾਰਨੇ ਆ, ਜਿਹੜੇ ਲੋਕ ਉਸ ਦੇ ਵਿਰੁੱਧ ਬੋਲਣਗੇ ਉਹਨਾਂ ਨੂੰ ਕੁੱਟਣਾ ਆ, ਮਾਰਨਾ ਆ। ਅਤੇ ਗੱਲ ਇਹ ਆ ਕਿ ਜਿਹੜੇ ਸਾਡੇ ਵਰਗੇ ਲੋਕ ਨੇ ਚਾਹੇ ਉਹ ਵਿਦਿਆਰਥੀ ਨੇ ਜਿਹੜੇ ਜਸਟਿਸ ਨਾਲ ਖੜ੍ਹਨ ਵਾਲੇ ਆ, ਚਾਹੇ ਉਹ ਸਿੱਖ ਸਟੂਡੈਂਟ ਨੇ, ਚਾਹੇ ਉਹ ਮੁਸਲਿਮ ਸਟੂਡੈਂਟ ਨੇ, ਚਾਹੇ ਕੋਈ ਹੋਰ ਟ੍ਰਾਈਬਲ ਏਰੀਆਜ਼ ਦੇ ਲੋਕ ਨੇ, ਜਿਹੜੇ ਵੀ ਇਸ ਜ਼ੁਲਮ ਦੇ ਖਿਲਾਫ਼ ਖੜ੍ਹਨਾ ਚਾਹੁੰਦੇ ਆ, ਉਹ ਹੁਣ ਆਪਣੇ ਆਪ ਨੂੰ ਇੱਕ ਲਹਿਦਾ ਕਰਕੇ ਦੇਖਣ ਇਹਨਾਂ ਤੋਂ, ਉਹਨਾਂ ਨੂੰ ਇੱਥੋਂ ਦੇ ਜੁਡੀਸ਼ੀਅਲ ਸਿਸਟਮ ਤੋਂ, ਜਿਹੜਾ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਜ਼ਮਾਨਤਾਂ ਦੇ ਦਿੰਦਾ ਆ, ਜਿਹੜਾ ਕਿ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹ ਤੁਸੀਂ ਦੇਖੋ ਕਿ ਜਿਹੜੇ ਇਮਾਮ ਬੋਲਦਾ ਆ ਉਸ ਦੇ ਖਿਲਾਫ਼ ਪੰਜ ਜਿਹੜੇ ਸੂਬਿਆਂ ਦੀ ਪੁਲਿਸ ਲੱਗ ਜਾਂਦੀ ਆ, ਅਤੇ ਇਹਨਾਂ ਦੇ ਜਿਹੜੇ ਆਗੂ ਆ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ। ਇਮਾਮ ਦੇ ਨਾਲ ਖੜੇ? ਮੈਂ ਇਮਾਮ ਦੇ ਨਾਲ ਖੜਾਂ ਜਾਂ ਨਹੀਂ ਖੜਾਂ, ਇਹ ਸਵਾਲ ਇਹ ਨਹੀਂ, ਜੇ ਤੁਸੀਂ ਇਹ ਸਵਾਲ ਪੁੱਛੋਗੇ ਮੈਂ ਉਹਦਾ ਪੂਰਾ ਜਵਾਬ ਦਊਂਗਾ, ਮੈਨੂੰ ਪੂਰਾ ਸਮਾਂ ਵੀ ਚਾਹੀਦਾ ਆ। ਬੋਲੋ ਬੋਲੋ, ਹਾਂ ਬੋਲੋ, ਇਮਾਮ ਦੇ ਨਾਲ ਜੇ ਤੁਸੀਂ ਹੈਗੇ ਹੋ ਤਾਂ ਕਿਉਂ? ਇਮਾਮ ਹੈ, ਇਮਾਮ ਦਾ ਜਿਹੜਾ ਸਾਰਾ ਵਰਤਾਰਾ ਸ਼ੁਰੂ ਹੋਇਆ ਉਸ ਦੇ ਇੱਕ ਭਾਸ਼ਣ ਤੋਂ ਹੋਇਆ, ਜਿਸ ਵਿੱਚ ਉਹ ਇਹ ਗੱਲ ਕਹਿੰਦਾ ਆ ਕਿ ਸਾਡੀ ਗੱਲ ਸਰਕਾਰ ਨਹੀਂ ਸੁਣ ਰਹੀ, ਅਸੀਂ ਪੰਜ ਪੰਜ ਲੋਕ ਇਕੱਠੇ ਵੀ ਹੋ ਰਹੇ ਹਾਂ, 500,000 ਲੋਕ, ਪਰ ਸਰਕਾਰ ਦੇ ਕੰਨਾਂ ਦੇ ਜੂ ਨਹੀਂ ਸਰਕ ਰਹੀ। ਸਰਕਾਰ ਦੇ ਉੱਤੇ ਦਬਾਅ ਬਣਾਉਣ ਦਾ ਜਿਹੜਾ ਕੰਮ ਆ ਉਹ ਤਾਂ ਹੋ ਸਕਦਾ, ਉਸ ਨੇ ਇੱਕ ਲੋਕਾਂ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਇਹ ਕਰੋ ਕਿ ਤੁਸੀਂ ਅਸਾਮ ਦਾ ਜਿਹੜਾ ਰੀਜ਼ਨ ਆ ਇਸ ਨੂੰ ਬਾਕੀ ਦੇ ਹਿੱਸੇ ਨਾਲੋਂ ਤੋੜੋ, ਤਾਂ ਸਰਕਾਰ ਤੁਹਾਡੀ ਗੱਲ ਸੁਣੋ। ਸੁਖਵਿੰਦਰ, ਕਿ ਇਮਾਮ ਨੂੰ ਜਿਸ ਤਰੀਕੇ ਇਮਾਮ ਨੇ ਕਿਹਾ ਸੀ, ਇਮਾਮ ਨੂੰ ਪੇਸ਼ ਗਲਤ ਤਰੀਕੇ ਨਾਲ ਕੀਤਾ ਗਿਆ, ਇਹ ਇਮਾਮ ਦਾ ਇਹ ਕਹਿਣਾ ਆ, ਮੈਂ ਨਹੀਂ, ਹੁਣ ਇਮਾਮ ਨੇ ਜੋ ਕਿਹਾ, ਇਮਾਮ ਜੋ ਕਹਿ ਰਿਹਾ ਮੈਂ ਤੁਹਾਨੂੰ ਉਹ ਦੱਸ ਰਿਹਾ ਐਜ਼ ਅ ਸਟੂਡੈਂਟ। ਇਮਾਮ ਨੇ ਇਹ ਗੱਲ ਕਹੀ ਕਿ ਮੈਂ ਸਰਕਾਰ ਸਾਡੀ ਗੱਲ ਨਹੀਂ ਸੀ ਸੁਣ ਰਹੀ, ਕਿਉਂਕਿ ਸ਼ਾਹੀਨ ਬਾਗ ਦੇ ਵਿੱਚ ਸ਼ੁਰੂ ਕਰਨ ਵਾਲਾ ਜਿਹੜਾ ਮੋਰਚਾ ਉਹਨਾਂ 'ਚ ਉਹ ਬੰਦਾ ਇੱਕ ਸੀ, ਉਸ ਨੇ ਉੱਥੇ ਗੱਲ ਕਹੀ ਕਿ ਆਪਾਂ ਇਹ ਕੰਮ ਕਰੀਏ ਤਾਂ ਸਰਕਾਰ, ਇਹ ਕੰਮ ਤਾਂ ਗਾਂਧੀ ਵੀ ਕਰਦੇ ਰਹੇ, ਇਹ ਕੰਮ ਤਾਂ BJP ਵੀ ਕਰਦੀ ਰਹੀ, ਐਮਰਜੈਂਸੀ ਵੇਲੇ ਪ੍ਰੋਟੈਸਟ ਕਰਦੇ, ਵੱਖੋ ਵੱਖ ਤਰੀਕੇ ਹੋ ਸਕਦੇ, ਪਰ ਉਹਦੇ ਖਿਲਾਫ਼ 5 ਸੂਬਿਆਂ ਦੀ ਪੁਲਿਸ ਦਾ ਲੱਗਣਾ ਅਤੇ ਉਸ ਦੇ ਘਰੇ ਛਾਪੇਮਾਰੀਆਂ ਕਰਨੀਆਂ, ਅਤੇ ਅੱਜ ਜਦੋਂ BJP ਦੇ ਜਿਹੜੇ ਲੀਡਰ ਨੇ ਇਹਨਾਂ ਦੇ ਖਿਲਾਫ਼, ਗੱਲ ਇਹ ਹੈ ਕਿ ਜਿਹੜੇ ਇੱਥੇ ਸਡੀਸ਼ਨ ਦੇ ਕੇਸ ਨੇ ਉਹ ਪਛਾਣਾਂ ਦੇ ਲਈ ਰਾਖਵੇਂ ਰੱਖੇ ਹੋਏ ਆ, ਨਾ ਉਹ ਪ੍ਰਗਿਆ ਠਾਕੁਰ ਤੇ ਲੱਗਣੇ ਆ, ਉਹ ਇਮਾਮ ਤੇ ਲੱਗਣੇ ਆ, ਜਾਂ ਫਿਰ ਉਹ ਕਿਸੇ ਸਿੱਖ ਨੌਜਵਾਨ ਤੇ। ਠੀਕ ਹੈ ਸੁਖਵਿੰਦਰ, ਤੁਹਾਡਾ ਆਰਗੂਮੈਂਟ ਆ ਗਿਆ। ਹਰਜੀ ਸਿੰਘ ਬੋਲੋ। ਸਵਾਲ ਇਹ ਹੈਗਾ ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਤੇ, ਇਹਨਾਂ ਨੇ ਜਿਹਨਾਂ ਜ਼ਿਕਰ ਕੀਤਾ ਸਾਧਵੀ ਪ੍ਰਗਿਆ ਦਾ, ਚਲੋ ਮੈਂ ਉੱਥੇ ਨਹੀਂ ਜਾ ਰਿਹਾ ਹੈਗਾ, ਮੈਂ ਸਿਰਫ ਹਾਂ ਇਹਨਾਂ ਦੇ ਬਿਆਨਾਂ ਜਿਹੜੇ ਹੁਣ ਤਾਜ਼ਾ ਬਿਆਨ ਹੈ ਕੀ ਆ, ਇਹਨਾਂ ਤੇ ਪਾਰਟੀ ਵੱਲੋਂ ਕੋਈ ਕਾਰਵਾਈ ਨਹੀਂ ਹੋਊਗੀ? ਨਹੀਂ, ਤੁਸੀਂ ਇੱਕ ਚੀਜ਼ ਦੱਸੋ, ਇਹਦੇ ਬਿਆਨ ਅੱਜ ਆਏ ਆ, ਜਿਹੜੇ ਇੱਕ ਮਹੀਨੇ ਤੋਂ ਬਿਆਨ ਸ਼ਾਹੀਨ ਬਾਗ ਦੇ ਵਿੱਚ ਕਾਂਗਰਸ ਦੇ ਲੀਡਰ, ਜਿਹੜੇ ਖੱਬੇ ਪੱਖੀ ਪਾਰਟੀਆਂ ਨੇ ਉਹਨਾਂ ਦੇ ਲੀਡਰ ਜਾ ਕੇ ਦੇ ਰਹੇ ਆ, ਉਹਨਾਂ ਉੱਤੇ ਵਿਚਾਰ ਕਿਉਂ ਨਹੀਂ ਹੁੰਦਾ? ਨਹੀਂ, ਉਹਨਾਂ ਉੱਤੇ ਪਰਚੇ ਕਰੋ, FIR ਕਰੋ, ਤੁਹਾਡੀ ਪੁਲਿਸ ਹੈ ਬੋਲਣ ਸਾਹਿਬ, ਮੇਰੀ ਗੱਲ ਤਾਂ ਸੁਣਨਾ ਜੀ, ਤੁਸੀਂ ਅੱਜ ਇਹ ਸਵਾਲ ਉਠਾ ਰਹੇ ਹੋ ਕਿ ਇਹਨਾਂ ਨੇ ਦਿੱਤੇ, ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿ ਤੁਸੀਂ ਚਾਹੁੰਦੇ ਹੋ ਬੋਲਣ ਤੇ ਅਸੀਂ ਵੀ ਬੋਲੀਏ? ਗੱਲ ਸੁਣਨਾ ਜੀ, ਮੈਂ ਤੁਸੀਂ ਐ ਨਾ ਕਰੋ, ਇਹ ਕੋਈ ਜਸਟੀਫਾਈ ਨਹੀਂ ਹੈਗਾ, ਨਾ ਹੀ ਤੁਸੀਂ ਜਸਟਿਸ ਕਰ ਰਹੇ ਹੋ।
छोटे भरा ने गल कही मैं नवा नवा लीडर बन रहा चलो चंगी गल है कि इमाम ने जिहड़ा हैगा जी उहने कहता ते करता अज देश नूं वंडन दीआं गल्लां कर रहा है लोकां नूं अतवादी बनाउण दीआं गल्लां कर रहा है ठीक है ਇੱਥੇ ਕਿਸੇ ਨੇ ਜਾ ਕੇ ਇਹ ਨਹੀਂ ਕਿਹਾ ਵੀ ਤੁਸੀਂ ਅੱਤਵਾਦੀ ਬਣ ਜਾਓ ਨਹੀਂ ਜਿਹੜੇ ਤੁਹਾਡੇ ਲੀਡਰ ਨੇ ਅੱਤਵਾਦੀ ਬਣਾਤਾ ਅੱਜ ਹਮਲਾ ਕਰਤਾ ਉਹਨੇ ਸ਼ਰਿਆਮ ਰਾਜਧਾਨੀ ਦੇ ਵਿੱਚ ਉਹ ਮੁਸਲਮਾਨ ਮੁਸਲਮਾਨ ਤੇ ਹਰ ਜਗ੍ਹਾ ਤੇ ਬੰਬ ਵੀ ਚਲਾਈ ਜਾਣ ਕੀ ਅੱਤਵਾਦੀ ਸੰਸਦ ਤੇ ਹਮਲਾ ਕਰ ਲੈਣ ਕੀ ਅੱਤਵਾਦੀ ਕੀ ਅੱਤਵਾਦੀ ਮੁਸਲਮਾਨ ਤੇ ਸਿੱਖ ਹੋ ਸਕਦੇ ਆ ਕੀ ਅੱਤਵਾਦੀ ਹਿੰਦੂ ਨਹੀਂ ਹੋ ਸਕਦਾ ਕੀ ਅੱਜ ਹਮਲਾ ਕਰਨ ਦਾ ਮੁੰਡਾ ਅੱਤਵਾਦੀ ਨਹੀਂ ਸੀ ਇੱਕ ਮਿੰਟ ਜੀ ਇੱਕ ਮਿੰਟ ਕੀ ਹੋਰ ਸੀ ਅੱਤਵਾਦੀ ਨਹੀਂ ਸੀ ਹਿਸਟਰੀ ਦੇਖ ਲਓ ਕਨੇ ਕੀ ਕੀਤਾ ਦੂਸਰਾ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਜਾਂ ਦੂਸਰਾ ਤੁਸੀਂ ਕਹਿ ਰਹੇ ਹੋ ਵੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ 1936 ਦੇ ਵਿੱਚ ਜੋ ਦੰਗੇ ਫਸਾਦ ਹੋਏ ਜਿਸ ਤਰੀਕੇ ਨਾਲ ਕਤਲੇਆਮ ਕੀਤਾ ਗਿਆ ਔਰ 1948 ਦੇ ਵਿੱਚ ਜਿਸ ਤਰੀਕੇ ਨਾਲ ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਸਤਵੀਰ ਵਾਲਿਆ ਆਪਾਂ ਠੀਕ ਸਤਵੀਰ ਵਾਲਿਆ ਸਤਵੀਰ ਵਾਲਿਆ ਹਾਂ ਸਤਵੀਰ ਵਾਲਿਆ ਹਾਂਜੀ ਮੈਂ ਤਾਂ ਹਾਂ ਸਵਾਲ ਇਹ ਹੈਗਾ ਕਿ ਆਮ ਆਦਮੀ ਪਾਰਟੀ ਆਪਦਾ ਸਟੈਂਡ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਖੜਾ ਕਰ ਰਹੀ ਮੌਕਾ ਪ੍ਰਸਤੀ ਵਾਲੀ ਸਿਆਸਤ ਤੁਸੀਂ ਵੀ ਕਰਦੇ ਪਏ ਹੋ ਤੁਸੀਂ ਵੀ ਕਦੇ ਤੁਸੀਂ ਕਹਿੰਦੇ ਹੋ ਇਮਾਮ ਨੂੰ ਕਰ ਲਓ ਗ੍ਰਿਫਤਾਰ ਉਹ ਕਹਿੰਦੇ ਅਸੀਂ ਕਰ ਲਿਆ ਹੁਣ ਦੱਸੋ ਕੀ ਕਰਨਾ ਤੁਹਾਡੇ ਕੋਲ ਕੋਈ ਜਵਾਬ ਵੀ ਨਹੀਂ ਹੈਗਾ ਦੇਖੋ ਦੇਖੋ ਅਸੀਂ ਤਾਂ ਸਿੰਪਲ ਗੱਲ ਕਹਿੰਦੇ ਹਾਂ ਜਿਹੜਾ ਵੀ ਦੇਸ਼ ਦੇ ਵਿਰੁੱਧ ਗੱਲ ਕਰਦਾ ਹੈ ਜਿਹੜਾ ਵੀ ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਦਾ ਹੈ ਜਿਹੜਾ ਵੀ ਦੇਸ਼ ਦੇ ਵੋਟਰਾਂ ਨੂੰ ਦਿੱਲੀ ਦੇ ਨਾਗਰਿਕਾਂ ਨੂੰ ਗੱਦਾਰ ਕਹਿਣ ਦੀ ਗੱਲ ਕਰਦਾ ਹੈ ਜਿਹੜਾ ਵੀ ਦਿੱਲੀ ਦੇ ਨਾਗਰਿਕਾਂ ਨੂੰ ਦੇਸ਼ ਦੇ ਸਿਟੀਜ਼ਨਸ ਨੂੰ ਪਾਕਿਸਤਾਨ ਹਿੰਦੁਸਤਾਨ 'ਚ ਵੰਡਣ ਦੀ ਗੱਲ ਕਰਦਾ ਸਭ 'ਤੇ ਫਿਡੀਸ਼ਨ ਚਾਰਜ ਲੱਗਣਾ ਚਾਹੀਦਾ ਕਿਉਂ ਬੈਠਾ ਚੁੱਪ ਇਲੈਕਸ਼ਨ ਕਮਿਸ਼ਨ ਮੈਂ ਇਕੱਲਾ ਜਿਹੜਾ ਮੁੰਡਾ ਅਰੈਸਟ ਕੀਤਾ ਉਹਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਵੀ ਕਰਦਾ ਜਿਹੜੇ ਅੱਜ ਵੀ ਕਹਿ ਰਹੇ ਹੈ ਮੈਂ ਇੱਕ ਮਿੰਟ ਕੰਪਲੀਟ ਕਰ ਲਾਂ ਇੱਕ ਮੈਂ ਹੋਰ ਭੁੱਲਰ ਸਾਹਿਬ ਦੀ ਗੱਲ ਦਾ ਜਵਾਬ ਦੇਵਾਂ ਇਹਨਾਂ ਨੇ ਮੋਗੇ ਦੀ ਗੱਲ ਕਰਕੇ ਗੱਲ ਕੀਤੀ ਜੀ ਭੁੱਲਰ ਸਾਹਿਬ ਮੈਂ ਵਾਈਸ ਪ੍ਰੈਜ਼ੀਡੈਂਟ ਸੀ ਲੀਗਲ ਸੈੱਲ ਦਾ ਮੇਰੇ ਕੋਲ ਆਏ ਸੀ ਉਹ ਜੱਜਮੈਂਟ ਉਹਨੂੰ ਕੇਸ ਉਹਨੂੰ ਅਕੁਇਟਲ ਕੀਤਾ ਹੋਇਆ ਸੀ ਕੇਸ 'ਚੋਂ ਅਕੁਇਟਲ ਅਕੁਇਟਲ ਦਾ ਮਤਲਬ ਪਤਾ ਕੀ ਹੁੰਦਾ ਹੈ ਬਰੀ ਬਰੀ ਕੀਤਾ ਹੋਇਆ ਸੀਗਾ ਦੂਜੀ ਗੱਲ ਮੈਂ ਇੱਕ ਹੋਰ ਕਹਿਦਾ ਅੱਜ ਟੈਰੋਰਿਸਟ ਕਿਹਾ ਜਾ ਰਿਹਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਨੇ ਦਿੱਲੀ 'ਚ ਡਿਵੈਲਪਮੈਂਟ ਦਾ ਕੰਮ ਕੀਤਾ ਜਿਨ੍ਹਾਂ ਨੇ ਕੋਈ ਇਹੋ ਜਿਹਾ ਭੜਕਾਊ ਬਿਆਨ ਨਹੀਂ ਕੀਤਾ ਉਹਨੂੰ ਅੱਤਵਾਦੀ ਕਿਹਾ ਜਾ ਰਿਹਾ ਪਰ ਅੱਤਵਾਦੀ ਕਹਿ ਕੌਣ ਰਹੇ ਹੈ ਜਿਹੜੇ ਅਫਜ਼ਲ ਗੁਰੂ ਨੂੰ ਸ਼ਹੀਦ ਮੰਨਣ ਵਾਲੀ PDP ਨਾਲ 3.5 ਸਾਲ ਸਰਕਾਰ ਚਲਾ ਕੇ ਆਏ ਹੈ ਅੱਤਵਾਦੀ ਕੌਣ ਕਹਿ ਰਹੇ ਹੈ ਜਿਹੜੇ ਪਠਾਨਕੋਟ ਹਮਲੇ ਤੇ ISI ਨੂੰ ਵਿਜ਼ਿਟ ਕਰਾਉਂਦੇ ਆ ਔਰ ਅੱਜ ਤੱਕ NIA ਨੇ ਜਾਂਚ ਦੀ ਰਿਪੋਰਟ 0 ਰਹੀ ਪਠਾਨਕੋਟ ਹਮਲੇ ਤੇ ਅੱਤਵਾਦੀ ਕੌਣ ਕਹਿੰਦੇ ਹੈ ਜਿਹੜੇ DSP ਜੰਮੂ ਕਸ਼ਮੀਰ ਦਾ ਫੜਿਆ ਗਿਆ ਉਹਨੂੰ ਜਿਹੜੇ ਸ਼ੇਰੇ J&K ਮੈਡਲ ਦਿੰਦੇ ਆ ਔਰ ਜਿਹੜਾ ਡੈਲੀਗੇਸ਼ਨ ਯੂਰਪ ਤੋਂ ਆਉਂਦਾ ਹੈ ਉਸ ਯੂਰਪ ਦੇ ਡੈਲੀਗੇਸ਼ਨ ਦਾ ਪਾਰਟ ਹੁੰਦਾ ਹੈ ਉਹ ਅੱਜ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿ ਰਹੇ ਕਿਉਂਕਿ ਡਿਵੈਲਪਮੈਂਟ ਕਰ ਰਿਹਾ ਦਿੱਲੀ ਨੂੰ ਅੱਗੇ ਵਧਾ ਰਿਹਾ ਇਹਨਾਂ ਦੇ 200 MP 11 ਦੇ ਕਰੀਬ CM 70 ਦੇ ਕਰੀਬ ਕੈਬਨਿਟ ਮਿਨਿਸਟਰ 40 ਸਟਾਰ ਪ੍ਰਚਾਰਕ ਲੱਗ ਕੇ ਦਿੱਲੀ 'ਚ ਇੱਕ ਸੀਟ ਵੀ ਕੱਢਣ ਜੋਗੇ ਨਹੀਂ ਹੈਗੇ ਇਸ ਕਰਕੇ ਇਹਨਾਂ ਦਾ ਹਾਲਾਤ ਹੋਏ ਨੇ ਇਹ ਇਹਨਾਂ ਦੀ ਫਰਸਟ੍ਰੇਸ਼ਨ ਸਾਹਮਣੇ ਆ ਰਹੀ ਹੈ ਪਰ ਦਿੱਲੀ ਲੋਕ ਸਮਝਦੇ ਨੇ ਰਸਮਨਜੀਤ ਸਿੰਘ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਤੱਕ ਦੇ ਸ਼ਬਦ ਦੇ ਦਿੱਤੇ ਜਾਂਦੇ ਪਰ ਹਰਜੀਤ ਸਿੰਘ ਭੁੱਲਰ ਦੇ ਇੱਕ ਆਰਗੂਮੈਂਟ ਹੈਗਾ ਕਿ ਇਹ ਅੱਜ ਦੇ ਬਿਆਨ ਨਹੀਂ ਹੈਗੇ ਤੁਸੀਂ ਡਿਬੇਟ ਨੂੰ ਇੱਕ ਪਾਸੇ ਨਾ ਚਲਾਓ ਉਹ ਕਹਿੰਦੇ ਬਿਆਨ ਭੜਕਾਊ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਦਿੱਤੇ ਸੀ ਉਸ ਤੋਂ ਬਾਅਦ ਸਾਡੇ ਲੀਡਰਾਂ ਨੇ ਦਿੱਤੇ ਇਹਦਾ ਮਤਲਬ ਦੋਨੋਂ ਪਾਸੇ ਹੀ ਇਹ ਗੇਮ ਹੈ ਜਿਹੜੀ ਆਪਸ ਵਿੱਚ ਇਹੋ ਹੀ ਚਲਾਈ ਜਾ ਰਹੀ ਹੈ ਕਿ ਅਸਲ ਮੁੱਦੇ ਦੀ ਕੋਈ ਗੱਲ ਨਾ ਹੋਵੇ ਇਹੋ ਜਿਹੇ ਭੜਕਾਊ ਭਾਸ਼ਣਾਂ ਤੇ ਸਾਰੀ ਡਿਬੇਟ ਟਿੱਕੀ ਰਵੇ 8 ਤਰੀਕ ਆ ਜਾਵੇ ਵੋਟਾਂ ਪੈ ਜਾਣ ਤੇ ਲੋਕ ਵੰਡੇ ਜਾਣ ਮੈਂ ਇੱਕ ਵੀ ਕਰੈਕਟ ਕਰ ਰਿਹਾ ਜੀ ਆਮ ਆਦਮੀ ਪਾਰਟੀ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈ ਆਪਣੇ ਮੁੱਦਿਆਂ ਦੀ ਗੱਲ ਕਰ ਰਹੀ ਹੈ ਜਿਹੜਾ BJP ਕਰ ਰਹੀ ਹੈ ਪੋਲਰਾਈਜ਼ੇਸ਼ਨ ਡਿਵੈਲਪਮੈਂਟ ਤੇ ਚਲੋ ਨਹੀਂ ਹੋ ਸਕਦਾ ਤੁਹਾਡਾ MLA ਇਨਵੋਲਵਮੈਂਟ ਸੀ ਉਹਦੀ ਕੋਈ ਯਾਰ ਪਰਚਾ ਕਰੋ ਤੁਸੀਂ ਪਰਚਾ ਕਰੋ ਪਰਚਾ ਤੇ ਹੋ ਗਿਆ ਉੱਤੇ ਉਹਨੂੰ ਤੁਸੀਂ ਟਿਕਟ ਦਿੱਤੀ ਹੈ ਅੱਗ ਲਵਾਉਣ ਵਾਲਾ ਉਹ ਬੰਦਾ ਵਿਕਾਸ ਤੇ ਚਲੋ ਏਡਾ ਵੱਡਾ ਕੋਈ ਸੌਖਾ ਕੰਮ ਨਹੀਂ ਹੈਗਾ ਪਰ ਠੀਕ ਹੈ ਜਿੰਨਾ ਕਿ ਉਹਨਾਂ ਦੀ ਉਹ ਕਹਿੰਦੇ ਕਿ ਮੈਂ ਐਫੀਸ਼ੀਐਂਟ ਗਵਰਨੈਂਸ ਕੀਤੀ ਆ ਕੁਛ ਨਾ ਕੁਛ ਉੱਥੇ ਜੋ ਵੀ ਜਿੰਨੇ ਕਿਸਮ ਦਾ ਵਿਕਾਸ ਵਿਦਨ ਸਿਸਟਮ ਕੀਤਾ ਜਾ ਸਕਦਾ ਕੀਤਾ ਉਹਦੇ ਕਲੇਮ ਕਰ ਰਹੇ ਪਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕੇਜਰੀਵਾਲ ਸਾਹਿਬ ਵੀ ਕੋਈ ਉਸ ਕਿਸਮ ਦਾ ਪ੍ਰਿੰਸੀਪਲਡ ਸਟੈਂਡ ਨਹੀਂ ਲੈ ਰਹੇ ਰਾਦਰ ਉਹ ਵੀ ਇਸ ਮੌਕੇ ਨੂੰ ਤਾੜ ਕੇ ਸੱਤਾ ਦੇ ਵਿੱਚ ਕਿਵੇਂ ਆਉਣਾ ਉਹ ਖਾਸ ਖਿਆਲ ਰੱਖ ਰਹੇ ਆ ਉਹ ਇਹ ਗੱਲ ਤਾਂ ਕਹਿ ਰਹੇ ਕਿ ਹੋਮ ਮਿਨਿਸਟਰ ਸ਼ਹੀਨ ਬਾਗ ਜਾਏ ਤਾਂ ਉੱਥੋਂ ਧਰਨਾ ਉਠਾ ਦੇ ਕਿਉਂਕਿ ਉਹ ਹੋਮ ਮਿਨਿਸਟਰ ਆ ਪੁਲਿਸ ਉਹਨਾਂ ਕੋਲ ਆ ਪਰ ਉਹ ਆਪ ਜਦੋਂ ਉਹਨਾਂ ਨੂੰ ਕਿ ਹੋਮ ਮਿਨਿਸਟਰ ਕਹਿੰਦਾ ਕਿ ਤੁਸੀਂ ਜਾ ਕੇ ਉਠਾ ਦਿਓ ਕਹਿੰਦਾ ਮੈਂ ਨਹੀਂ ਜਾਣਾ ਉੱਥੇ ਉਹਨਾਂ ਨੂੰ ਤੱਤੇ ਚਿਮਟਾਉਣਾ ਨਹੀਂ ਸੋਣਾ ਪਤਾ ਨਹੀਂ ਇਹਨਾਂ ਨੇ ਕਹਿੰਦੇ ਆ ਕਿ
ਇਹਨਾਂ ਦੇ ਉਪ ਮੁੱਖ ਮੰਤਰੀ ਨੇ ਉਹਨਾਂ ਦੀ ਪ੍ਰੈਸ ਦੇ ਵਿੱਚ ਸਪੋਰਟ ਕੀਤੀ। ਸਪੋਰਟ ਕਰਨੀ ਚਾਹੀਦੀ ਹੈ ਜੇ ਕੋਈ ਉਹਨਾਂ ਨੂੰ ਠੀਕ ਲੱਗਦਾ, ਤਾਂ ਇਹ 'ਚ ਕੋਈ ਮਾੜੀ ਗੱਲ ਨਹੀਂ, ਉਹ ਵੀ ਆਪਣੇ ਦੇਸ਼ ਦੇ ਵਾਸੀ ਆ, ਸਾਡੇ ਸਿਟੀਜ਼ਨ ਆ, ਕੋਈ ਵਿਦੇਸ਼ੀ ਤਾਂ ਹੈ ਨਹੀਂ ਕਿ ਨਾ, ਕੋਈ ਤੱਤੇ ਚਿਮਟੇ ਨਾਲ ਨਾ ਛੂਹਣ ਵਾਲੀ ਗੱਲ ਤਾਂ ਹੈ ਨਹੀਂ। ਪਰ ਉੱਥੇ ਬੀਜੇਪੀ ਵੱਲੋਂ ਉਹਨਾਂ ਸਾਰਿਆਂ ਨੂੰ ਕਦੀ ਕੋਈ ਬੰਗਲਾਦੇਸ਼ੀ, ਕਦੀ ਕੋਈ ਪਾਕਿਸਤਾਨੀ ਸਪੋਰਟਰ ਇਹੋ ਜਿਹਾ ਬਣਾ ਕੇ, ਬਿਲਕੁਲ ਕਹਿ ਰਹੇ ਸੀ ਲੀਡਰ ਹੁਣੇ ਤੁਹਾਡੇ ਸਾਹਮਣੇ ਸਕਰੀਨ 'ਤੇ ਕਹਿ ਕੇ ਹਟੇ ਆ, ਉਹ ਇੰਝ ਬਣਾ ਦਿੱਤਾ ਕਿ ਉਹ ਇੱਕ ਅਦਰ ਹੈਗਾ ਵੀ, ਮਤਲਬ ਜੇ ਜਿੰਨੀਆਂ ਉਹਨਾਂ ਨੂੰ ਇਉਂ ਲੱਗਦਾ ਬੀਜੇਪੀ ਨੂੰ ਕਿ ਜਿੰਨਾ ਉਹਨਾਂ ਦੀ ਮੰਜੀ ਠੋਕੋਗੇ ਸ਼ਹੀਨ ਬਾਗ ਵਾਲਿਆਂ ਦੀ, ਉਨੀਆਂ ਹੀ ਤੁਹਾਨੂੰ ਵੋਟਾਂ ਇੱਥੇ ਹਿੰਦੂ ਬਹੁ ਗਿਣਤੀ ਜਿਹੜੀਆਂ ਵੋਟਾਂ ਪਾਊਗੀ, ਇਸ ਕਿਸਮ ਦੀ ਇੱਕ ਬਣ ਗਈ। ਰਹੀ ਗੱਲ ਤੁਹਾਡੀ, ਮੈਨੂੰ ਇੱਕ ਗੱਲ ਦੀ ਹੈਰਾਨੀ ਹੈ, ਕੇਪੀ ਸਿੰਘ ਹੁਣੇ ਹੀ ਪ੍ਰਧਾਨ ਮੰਤਰੀ ਨੇ ਜਿਹੜੀ ਮਨ ਕੀ ਬਾਤ ਕਹੀ ਸੀ ਉਹ ਸਾਰੀ ਦੀ ਸਾਰੀ ਸੀ ਕਿ ਹਿੰਸਾ ਤੋਂ ਦੂਰ ਰਹੋ, ਅਹਿੰਸਾ ਹੋਏ, ਆ ਕੀ ਹੋ ਰਿਹਾ? ਔਰ ਅੱਜ 30 ਤਰੀਕ ਨੂੰ ਹੀ ਤੁਸੀਂ ਫੇਰ ਗੋਲੀਆਂ ਮਾਰ ਰਹੇ ਲੋਕਾਂ ਦੇ ਉੱਤੇ, ਔਰ ਸ਼ਰੇਆਮ ਦਿਨੇ ਚਿੱਟੇ ਦਿਨ ਮਾਰ ਰਹੇ ਹਾਂ, ਉਹ ਬੰਦੇ ਨੂੰ ਫੜ ਲਿਆ, ਕੀ ਉਹਨੂੰ ਫਾਹੇ ਲਾਓਗੇ ਹੁਣ? ਕੀ ਉਹਦੇ 'ਤੇ ਤੁਸੀਂ ਸਡੀਸ਼ਨ ਦਾ ਚਾਰਜ ਲਾਓਗੇ? ਕੁਛ ਨਹੀਂ ਹੋਣਾ ਕਿਸੇ ਕਿਸਮ ਦਾ ਵੀ। ਜਦੋਂ ਇੱਕ ਮਿਨਿਸਟਰ ਐਡੀ ਵੱਡੀ ਗੱਲ ਕਹੇ ਗੋਲੀਆਂ ਮਾਰੋ ਔਰ ਲੋਕ ਗੋਲੀਆਂ ਮਾਰਨ ਲੱਗ ਜਾਣ, ਇਹ ਛੋਟੀਆਂ ਗੱਲਾਂ ਨਹੀਂ। ਮੈਨੂੰ ਲੱਗਦਾ ਆਉਣ ਵਾਲਾ ਸਮਾਂ, ਸਾਡਾ ਦਿੱਲੀ ਦੀਆਂ ਇਲੈਕਸ਼ਨਾਂ 8 ਤਰੀਕ ਨੂੰ ਹੋ ਜਾਣਗੀਆਂ, 11 ਨੂੰ ਰਿਜ਼ਲਟ ਆ ਜਾਣਗੇ, ਪਰ ਇਹਦਾ ਜਿਹੜਾ ਖਮਿਆਜ਼ਾ ਲੰਮੇ ਸਮੇਂ 'ਚ ਪੂਰਾ ਦੇਸ਼ ਭੁਗਤਦਾ ਰਹੂਗਾ। ਬੜੀ 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 ਗਹਿਰੀ ਇੱਕ ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਜੀਦਾ ਚਰਚਾ ਚਲਾਈ ਜਾਵੇ, ਤੁਹਾਨੂੰ ਹਰ ਚੀਜ਼ ਸਮਝ ਆਵੇ। ਸਵਾਲ ਇਹ ਵੀ ਹੋਵੇਗਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਗ੍ਰਹਿ ਮੰਤਰੀ ਨੂੰ ਇਹਨਾਂ ਮੁੱਦਿਆਂ 'ਤੇ ਬੋਲਣਾ ਚਾਹੀਦਾ, ਹਿੰਸਾ ਵਾਲੀ ਜਿਹੜੀ ਬਹਿਸ ਚੱਲ ਰਹੀ ਹੈਗੀ ਆ ਉਹਨਾਂ 'ਤੇ ਉਹਨਾਂ ਨੂੰ ਕੁਛ ਬੋਲਣਾ ਚਾਹੀਦਾ। ਜਿਹੜੇ ਲੀਡਰ ਵੀ ਭੜਕਾਊ ਭਾਸ਼ਣ ਦੇ ਰਿਹਾ, ਚਾਹੇ ਉਹ ਬੀਜੇਪੀ ਦੇ ਜਾਂ ਕਾਂਗਰਸ ਦੇ ਆ ਚਾਹੇ ਕਿਸੇ ਹੋਰ ਪਾਰਟੀ ਦੇ ਆ, ਉਹਨਾਂ ਲੀਡਰਾਂ 'ਤੇ ਪਾਰਟੀ ਵੱਲੋਂ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਕਿ ਪਾਰਟੀਆਂ ਇਹ ਚਾਹੁੰਦੀਆਂ ਹੈਗੀਆਂ ਕਿ ਸਾਡੀ ਲਾਈਨ ਇਹ ਡਰਾਅ ਕਰ ਦੇਣ ਅਤੇ ਸਾਨੂੰ ਵੋਟਾਂ ਮਿਲ ਜਾਣ, ਕਿ ਪਾਰਟੀਆਂ ਇਹੀ ਸੋਚ ਕੇ ਸਿਰਫ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਕਾਰਵਾਈ ਕਰ ਲਏ, ਉਹਦੀ ਕਾਰਵਾਈ 'ਤੇ ਸਾਨੂੰ ਵਿਸ਼ਵਾਸ ਹੈ, ਉਹਦੇ ਖਿਲਾਫ਼ ਅਸੀਂ ਚੱਲ ਨਹੀਂ ਸਕਦੇ, ਇਲੈਕਸ਼ਨ ਕਮਿਸ਼ਨ ਨੇ ਜੋ ਕਹਿਤਾ ਉਹ ਠੀਕ ਹੈ। ਸਵਾਲ ਇਲੈਕਸ਼ਨ ਕਮਿਸ਼ਨ 'ਤੇ ਵੀ ਹੋਵੇਗਾ, ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਦਰੁਸਤ ਹੈ? ਬ੍ਰੇਕ ਤੋਂ ਵਾਪਸ ਆ ਰਹੇ ਪਾਲ ਵੱਡਾ ਇੱਕੋ ਪੁੱਛ ਰਿਹਾ, ਦਿੱਲੀ ਦੇ ਸਿਆਸੀ ਦੰਗਲ ਦੇ ਭੜਕਾਊ ਭਾਸ਼ਣਾਂ ਤੋਂ ਬਾਅਦ ਗੋਲੀ ਕਾਂਡ ਦੀ ਕ੍ਰੋਨੋਲੋਜੀ ਹੈ ਕੀ ਹੈ? ਪ੍ਰਸਮਜੀਤ ਸਿੰਘ, ਮੈਂ ਇੱਕ ਸਵਾਲ ਛੱਡ ਕੇ ਗਿਆ ਸੀਗਾ, ਪਾਰਟੀਆਂ ਇਹਨਾਂ ਲੀਡਰਾਂ 'ਤੇ ਕਾਰਵਾਈ ਕਿਉਂ ਨਹੀਂ ਕਰਦੀਆਂ? ਆਪਣੇ ਲੀਡਰਾਂ 'ਤੇ ਆਪ ਕਾਰਵਾਈ ਕਰਨੀ ਚਾਹੀਦੀ ਹੈ। ਸੱਚੀ ਗੱਲ ਪੁੱਛੋ ਤਾਂ ਮੈਨੂੰ ਐਂ ਲੱਗਦਾ ਸੀਗਾ ਕਿ ਦੇਖੋ, ਗੁੱਸਾ ਕਰਨ ਦੀ ਗੱਲ ਨਹੀਂ, ਕੋਈ ਵੀ ਪਾਰਟੀ ਆਈਡੀਅਲੀ ਹੋਵੇ, ਮੈਂ ਬੀਜੇਪੀ ਦੀ ਨਹੀਂ ਗੱਲ ਕਰਦਾ, ਅੱਜ ਬੀਜੇਪੀ ਹੈ ਅਤੇ ਬੀਜੇਪੀ ਵੱਲੋਂ ਇਹੋ ਜਿਹੇ ਮਿਨਿਸਟਰ ਨੂੰ ਜ਼ਰੂਰ ਪਨਿਸ਼ ਕਰਨਾ ਚਾਹੀਦਾ ਜਿਹੜਾ ਸ਼ਰੇਆਮ ਮਤਲਬ ਰੈਲੀ 'ਚ ਵਾਇਲੈਂਸ, ਔਰ ਪ੍ਰਧਾਨ ਮੰਤਰੀ ਕਹੇ ਕਿ ਨਹੀਂ ਵਾਇਲੈਂਸ ਨਹੀਂ ਹੋਣੀ ਚਾਹੀਦੀ, ਉਹ ਕਹੇ ਕਿ ਗੋਲੀ ਮਾਰੋ ਔਰ ਗਾਲੀਆਂ ਦੇਵੇ, ਇਹਦਾ ਮਤਲਬ ਹੈ ਕਿ ਜਿਹੜੀ ਸਮਾਜ ਦੇ ਵਿੱਚ ਸ਼ਾਂਤੀ ਆ, ਸਦਭਾਵਨਾ ਆ, ਉਹਨੂੰ ਤੁਸੀਂ ਸ਼ਰੇਆਮ ਧੱਕਾ ਲਾ ਰਹੇ ਹਾਂ, ਉਹਨੂੰ ਠੇਸ ਪਹੁੰਚਾ ਰਹੇ ਹਾਂ, ਲੋਕਾਂ ਦੇ ਵਿੱਚ ਇੱਕ ਕਿਸਮ ਦੀ ਭੜਕਾਟ ਪੈਦਾ ਕਰ ਰਹੇ ਹਾਂ, ਇਸ ਕਰਕੇ ਇਹ ਤਾਂ ਪਾਰਟੀਆਂ ਨੂੰ ਖੁਦ ਆਪਣੇ ਜਿਹੜੇ ਕਾਰਕੁਨ ਆ ਜਾਂ ਲੀਡਰ, ਪਰ ਕਿਉਂ ਨਹੀਂ ਇਹ ਹੋਊਗੀ, ਮੈਂ ਇਹ ਵੀ ਗੱਲ ਕਹਿ ਦਿੰਦਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ ਬੀਜੇਪੀ ਨੂੰ ਇਹੀ ਸੂਟ ਕਰਦਾ, ਇਹੀ ਧਰੂਵੀਕਰਨ ਦੀ ਰਾਜਨੀਤੀ ਰਾਹੀਂ ਉਹਨਾਂ ਨੂੰ ਵੱਡੇ ਵੱਡੇ ਫਲ ਮਿਲਣੇ ਆ ਉਹਨਾਂ ਨੂੰ। ਜੇ ਬੀਜੇਪੀ ਨੂੰ ਇਹ ਸੂਟ ਕਰਦਾ, ਫਿਰ ਤਾਂ ਆਮ ਆਦਮੀ ਪਾਰਟੀ ਸਹੀ ਸਟੈਂਡ 'ਤੇ ਖੜੀ ਆ, ਆਮ ਆਦਮੀ ਪਾਰਟੀ ਤਾਂ ਇਹ ਕਹਿ ਰਹੀ ਆ ਕਿ ਅਸੀਂ ਹੁਣ ਉਹਨਾਂ ਟ੍ਰੈਪ 'ਚ ਨਹੀਂ ਫਸਣਾ ਗਾ, ਇਹਦਾ ਮਤਲਬ ਇਹ ਸਮਝਿਆ ਜਾਵੇ? ਫਿਰ ਨਹੀਂ, ਸਵਾਲ ਇਸ ਕਰਕੇ ਪਿਆ ਸਮਰਜੀਤ ਸਿੰਘ, ਜੇ ਆਮ ਆਦਮੀ ਪਾਰਟੀ ਨੂੰ ਤੁਸੀਂ ਲੋਕ ਮੌਕਾ ਪ੍ਰਸਤ ਕਹਿੰਦੇ ਹੋ, ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਇਸ ਮੌਕਾ ਪ੍ਰਸਤ ਵਾਲੀ ਸਿਆਸਤ ਨੂੰ ਅਸੀਂ ਰਣਨੀਤੀ ਸਮਝੀਏ? ਨਹੀਂ, ਦੋ ਗੱਲਾਂ ਅਲੱਗ ਅਲੱਗ ਹੈਗੇ, ਇੱਕ ਤਾਂ ਇਹ ਹੈਗਾ ਕਿ ਜਿਹੜੇ ਉੱਥੇ ਬੰਦੇ ਬੈਠੇ ਹੈਗੇ, ਕੀ ਉਹ ਕੋਈ ਪ੍ਰਿੰਸੀਪਲਡ ਫਾਈਟ ਦੇ ਰਹੇ ਆ ਕਿ ਨਹੀਂ? ਜੇ ਉਹ ਪ੍ਰਿੰਸੀਪਲਡ ਫਾਈਟ ਦੇ ਰਹੇ ਹਾਂ, ਆਪਾਂ ਹਾਰ ਗਏ ਜਿੱਤੀ ਉੱਥੇ ਉਹਨਾਂ ਨਾਲ ਖੜੇ ਹੋਣਾ ਚਾਹੀਦਾ, ਇੱਕ ਤਾਂ ਇਹ ਗੱਲ ਆ। ਤੁਸੀਂ ਧਾਰਾ 377 ਨੂੰ ਹਟਾਉਣ ਦੇ ਹੱਕ ਵਿੱਚ ਆ, ਕੇਜਰੀਵਾਲ ਜੀ ਦੇ ਧਾਰਾ 377 ਨੂੰ ਹਟਾਉਣ ਦੇ ਹੱਕ ਵਿੱਚ ਆ, ਇਹ ਉੱਥੇ ਕਿਉਂ ਜਾਣਗੇ? ਕੇਜਰੀਵਾਲ ਫਿਰ ਵੋਟਾਂ ਦੀ ਸਿਆਸਤ ਕਰਦੇ ਪਏ ਆ, ਬਿਲਕੁਲ ਕਰ ਰਹੇ, ਮੈਂ ਤਾਂ ਕਹਿ ਹੀ ਰਿਹਾ, ਮੌਕਾ ਪ੍ਰਸਤੀ ਹੋਰ ਕੀ ਹੈਗੀ ਆ, ਔਰ ਕੇਜਰੀਵਾਲ ਦੀ ਮੈਂ ਚੁਸਤੀ ਕਹੋ ਜਾਂ ਇੰਟੈਲੀਜੈਂਟ ਜਿਹੜੀ ਮੂਵ ਹੈਗੀ ਆ ਉਹ ਇਸ ਗੱਲ ਦੇ ਵਿੱਚ ਆ ਕਿ ਜਿਹੜੀ ਹਿੰਦੂ ਵੋਟ ਆ ਮੈਨੂੰ ਪੋਲਰਾਈਜ਼ ਕਰਕੇ ਮੇਰੇ ਹੱਥੋਂ ਖਿਸਕ ਕੇ ਬੀਜੇਪੀ ਨਾਲ ਨਾ ਚਲੇ ਜਾਏ, ਉਸ ਕਰਕੇ ਉਹਨਾਂ ਨੇ ਸ਼ਹੀਨ ਬਾਗ ਵਾਲਾ ਜਿਹੜਾ ਨਜ਼ਾਰਾ ਆ ਉਹ ਸਾਰੇ ਚਾਹੁੰਦੇ ਕਿ ਉਹਨੂੰ ਤੱਤੇ ਚਿਮਟੇ ਨਾਲ ਵੀ ਨਾ ਛੂਹਿਆ ਜਾਏ, ਉਧਰ ਨੂੰ ਜਾਇਆ ਹੀ ਨਾ ਜਾਏ। ਸਤਵੀਰ ਵਾਲੀਆ, ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੁਸਲਿਮ ਵੋਟ ਬੈਂਕ ਜਿਹੜਾ ਕਾਂਗਰਸ ਵੱਲ ਸ਼ਿਫਟ ਹੋ ਗਿਆ, ਅਤੇ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਆਉਂਦੀਆਂ ਕਿ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਜਿਹਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਹੈਗੀ, ਉਹਦੇ ਵਿੱਚ ਮੁਸਲਿਮ ਵੋਟ ਬੈਂਕ ਜਿਹੜਾ ਉਹ ਸ਼ੇਅਰਿੰਗ ਹੋਇਆ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ। ਹੁਣ ਸਵਾਲ ਇਹ ਹੈ ਕਿ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਿਆਸਤ ਬਦਲਣ ਆਏ ਹੈ, ਉਹ ਸੱਤਾ ਦੀ ਉਸ ਧਿਰ ਨਾਲ ਜਾ ਕੇ ਖੜੇ ਹੋਏ ਜਿੱਥੇ ਉਹਨਾਂ ਨੂੰ ਪਤਾ ਕਿ ਜੇ ਮੈਂ ਬੋਲਿਆ ਤਾਂ ਮੇਰੇ ਤੋਂ ਵੋਟਾਂ ਚੜੀਆਂ ਜਾਣਗੀਆਂ? ਦੇਖੋ, ਕੇਜਰੀਵਾਲ ਤਾਂ
ਓਪਨਲੀ ਕਹਿ ਰਹੇ ਹਾਂ ਵੀ ਜਿਹੜਾ ਕੋਈ ਵੀ ਪ੍ਰੋਟੈਸਟ ਹੋਵੇ, ਪੀਸਫੁਲ ਪ੍ਰੋਟੈਸਟ ਹੋਵੇ, ਪਬਲਿਕ ਨੂੰ ਕਿਸੇ ਤਰੀਕਾ ਦੇ ਵੀ ਕੋਈ ਦੁੱਖ ਤਕਲੀਫ ਨਾ ਹੋਵੇ ਉਸ ਪ੍ਰੋਟੈਸਟ ਤੋਂ, ਰਸਤੇ ਖੁੱਲ੍ਹੇ ਹੋਣੇ ਚਾਹੀਦੇ, ਉਹ ਤਾਂ ਓਪਨਲੀ ਕਹਿ ਰਹੇ ਹਾਂ। ਫਿਰ ਉਹਨਾਂ ਨੂੰ ਓਪਨਲੀ ਇਹ ਕਹਿਣਾ ਚਾਹੀਦਾ ਸੀ ਨਾ ਦਿੱਲੀ ਵਾਲਿਆਂ ਦੇ ਵੋਟ ਆ ਜਿਹੜੇ ਉਹ ਐਂ ਸ਼ਿਫਟ ਹੁੰਦੇ ਆ ਤੇ ਐਂ ਉੱਧਰ ਜਾਂਦੇ ਆ, ਤੁਸੀਂ ਤਾਂ ਉੱਥੇ ਸਿਰਫ ਟਾਰਗੇਟ ਕੀਤਾ ਸੀ ਕਿ ਮੁਸਲਿਮ ਵੋਟ ਬੈਂਕ ਆ ਜਿਹੜਾ ਵੰਡਿਆ ਜਾ ਰਿਹਾ। ਨਾ ਦੇਖੋ ਕੇਪੀ ਜੀ, ਇਹ ਬਿਲਕੁਲ ਗਲਤ ਗੱਲ ਹੈ। ਮੈਂ ਫਿਰ ਦੁਬਾਰਾ ਕਹਿੰਦਾ, ਤੁਸੀਂ ਮੈਨੂੰ ਇਸ ਪੂਰੇ ਸੈਗਮੈਂਟ ਦਾ, ਇਲੈਕਸ਼ਨ ਟਰਮ ਦਾ ਇੱਕ ਬਿਆਨ ਚੱਕ ਕੇ ਦਿਖਾ ਦਿਓ ਕਿ ਆਮ ਆਦਮੀ ਪਾਰਟੀ। ਜੇ ਤੁਸੀਂ ਪ੍ਰਗਿਆ ਦਾ ਜ਼ਿਕਰ ਕਰਦੇ ਹੋ, ਜੇ ਤੁਸੀਂ ਹੋਰ ਪੁਰਾਣੇ ਬਿਆਨਾਂ ਜ਼ਿਕਰ ਕਰਦੇ ਹੋ ਤੇ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਬਿਆਨਾਂ ਜ਼ਿਕਰ ਕਿਉਂ ਨਾ ਹੋਵੇ? ਮੈਂ ਦੇਖੋ ਇੱਕ ਮਿੰਟ ਜੀ, ਦੇਖੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਬਿਲਕੁਲ ਵੀ ਐਸੀ ਗੱਲ ਨਹੀਂ ਹੈ। ਤੁਹਾਡੇ ਸਾਹਮਣੇ ਬੀਜੇਪੀ ਸ਼ਰਿਆਮ ਪੋਲਰਾਈਜੇਸ਼ਨ ਕਰ ਰਹੀ ਹੈ। ਮੈਂ ਇੱਕ ਹੋਰ ਗੱਲ ਇੰਪੋਰਟੈਂਟ ਗੱਲ ਕਹਿਣਾ ਚਾਹੁੰਦਾ, ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਕਾਰਵਾਈ ਇਹਨਾਂ ਦੇ ਆਪਣੇ MP MLF ਤੇ ਹੋਣੀ ਚਾਹੀਦੀ ਜਿਹੜੇ ਇਦਾਂ ਦੇ ਬਿਆਨ ਦੇ ਰਹੇ ਹੈ। ਅਮਿਤ ਸ਼ਾਹ ਜੀ ਤਾਂ ਗ੍ਰਹਿ ਮੰਤਰੀ ਨੇ, ਪੂਰੇ ਦੇਸ਼ ਦੇ ਗ੍ਰਹਿ ਮੰਤਰੀ, ਪੂਰੇ ਦੇਸ਼ ਦਾ ਗ੍ਰਹਿ ਮੰਤਰੀ ਦਿੱਲੀ ਦੇ ਇਲੈਕਸ਼ਨਾਂ 'ਚ ਇਹ ਕਹਿ ਰਿਹਾ ਜੀ ਟੁਕੜੇ ਟੁਕੜੇ ਗੈਂਗ ਜਿਹੜਾ ਉਹ ਵਾਇਲੇਸ਼ਨ ਕਰ ਰਿਹਾ। ਟੁਕੜੇ ਟੁਕੜੇ ਗੈਂਗ ਕੌਣ ਹੈ? ਇੱਕ ਗ੍ਰਹਿ ਮੰਤਰੀ ਅੱਜ ਤੱਕ ਉਹ ਬੰਦੇ ਨੂੰ ਅਰੈਸਟ ਨਹੀਂ ਕਰ ਸਕਿਆ। ਟੁਕੜੇ ਟੁਕੜੇ ਗੈਂਗ ਹੈ, ਉਹ ਬੰਦੇ ਨੂੰ ਅੱਜ ਤੱਕ ਗ੍ਰਹਿ ਮੰਤਰੀ ਆਈਡੈਂਟੀਫਾਈ ਨਹੀਂ ਕਰ ਸਕਿਆ। ਮਤਲਬ ਜਿਵੇਂ ਫਾਈਨੈਂਸ ਮਿਨਿਸਟਰ ਫੇਲ ਰਿਹਾ ਆਪਣੇ ਕੰਮਾਂ 'ਚ, ਉਵੇਂ ਇਹਦਾ ਮਤਲਬ ਟੁਕੜੇ ਗੈਂਗ ਕੋਈ ਹੈ ਹੀ ਨਹੀਂ। ਗ੍ਰਹਿ ਮੰਤਰਾਲੇ ਕਹਿ ਰਿਹਾ, ਨਹੀਂ ਪਰ ਗ੍ਰਹਿ ਮੰਤਰੀ ਬਾਰ ਬਾਰ ਸਟੇਟਮੈਂਟ ਆ ਰਹੀ ਹੈ ਨਾ, ਫਿਰ ਲੀਡਰਾਂ ਦੇ ਬਾਰ ਬਾਰ ਬਿਆਨ ਕਿਉਂ ਆਉਂਦੇ ਆ? ਉਹ ਕਹਿੰਦਾ ਵਾਇਲੇਸ਼ਨ ਹੀ ਜਿਹੜਾ ਹੈਗਾ ਆਪਣੇ, ਜਿਹੜਾ ਭੜਕਾਊ ਭਾਸ਼ਣ ਦੇ ਰਿਹਾ ਜਾਂ ਲੋਕਾਂ 'ਚ ਦੰਗੇ ਫੈਲਾ ਰਿਹਾ, ਉਹ ਟੁਕੜੇ ਟੁਕੜੇ ਗੈਂਗ ਹੀ ਫੈਲਾ ਰਿਹਾ, ਔਰ ਗ੍ਰਹਿ ਮੰਤਰੀ ਨੂੰ ਪਤਾ ਨਹੀਂ ਟੁਕੜੇ ਟੁਕੜੇ ਗੈਂਗ ਕੌਣ ਹੈ। ਇਹਦਾ ਇਹੀ ਸਾਬਿਤ ਕਰਦਾ ਹੈ ਕਿ ਗ੍ਰਹਿ ਮੰਤਰੀ ਵੀ ਸਿਰਫ ਰਾਜਨੀਤੀ ਹੀ ਕਰ ਰਹੇ, ਆਪਣੇ ਇਲੈਕਸ਼ਨ ਕੰਪੇਨਾਂ ਹੀ ਚਲਾ ਰਹੇ ਹੈ। ਆਪਣਾ ਹੋਮ ਮਿਨਿਸਟਰੀ ਸੰਭਾਲਣ ਚ ਫੇਲ ਹੈ, ਫਾਈਨੈਂਸ ਮਿਨਿਸਟਰੀ ਆਪਣੀ ਫਾਈਨੈਂਸ ਸੰਭਾਲਣ ਚ ਫੇਲ ਹੈ, ਫੋਰਨ ਮਿਨਿਸਟਰੀ ਜਦੋਂ ਸਵਾਲ ਆਉਂਦੇ ਬੜੇ ਔਖੇ ਲੱਗਦੇ ਆ ਕਿ ਸ਼ਾਹੀਨ ਬਾਗ ਦਾ ਧਰਨਾ ਚੱਲਣਾ ਚਾਹੀਦਾ। ਮੈਂ ਤਾਂ ਕਹਿੰਦਾ ਹੈ ਕਿ ਹਰ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ, ਮੈਂ ਸਰ ਇੱਕ ਸਵਾਲ ਕੀਤਾ, ਸ਼ਾਹੀਨ ਬਾਗ ਦਾ ਧਰਨਾ ਚੱਲਣਾ ਚਾਹੀਦਾ ਕਿ ਨਹੀਂ? ਆਮ ਆਦਮੀ ਪਾਰਟੀ ਕਿਉਂ ਨਹੀਂ ਆਪਣੀ ਲਾਈਨ ਡਰਾਪ ਕਰਦੀ? ਸ਼ਾਹੀਨ ਬਾਗ ਦਾ ਧਰਨਾ ਚੱਲਣਾ ਚਾਹੀਦਾ ਕਿ ਨਹੀਂ? ਸ਼ਾਹੀਨ ਬਾਗ 'ਚ ਵੀ ਜੇ ਪੀਸਫੁਲੀ ਪ੍ਰੋਟੈਸਟ ਹੈਗਾ, ਬਿਨਾਂ ਪਬਲਿਕ ਨੂੰ ਦਿੱਕਤ ਦੇ ਸ਼ੱਕ ਹੈ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਵੀ ਸ਼ੱਕ ਹੈ, ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਨਹੀਂ ਹੈ, ਕਲੀਅਰਲੀ ਬਾਰ ਬਾਰ ਯਕੀਨ ਹੈ ਤੁਹਾਨੂੰ, ਉੱਥੇ ਯਕੀਨ ਹੈ ਤੁਹਾਨੂੰ, ਜਿਵੇਂ ਮਿਸਟਰ ਭੁੱਲਰ ਨੇ ਕਿਹਾ ਪਿਸਤੌਲ ਲਹਿਰਾਏਗੀ, ਤੁਹਾਨੂੰ ਪਤਾ ਹੈ ਪਿਸਤੌਲ ਲਹਿਰਾਏਗੀ? ਸਾਨੂੰ ਪਤਾ ਹੈ ਕਿ ਸ਼ਾਹੀਨ ਬਾਗ 'ਚ 2 ਦਿਨ ਪਹਿਲਾਂ ਇਹਨਾਂ ਦੇ ਮੰਤਰੀਆਂ ਦੇ ਬਿਆਨ ਦੇਣ ਤੋਂ ਬਾਅਦ, ਅਨੁਰਾਗ ਠਾਕੁਰ ਦੇ ਬਿਆਨ ਦੇਣ ਤੋਂ ਬਾਅਦ ਪਿਸਤੌਲ ਲਹਿਰਾਈ ਗਈ, ਉੱਥੇ ਪਬਲਿਕ ਨੇ ਰੋਕਿਆ। ਰੋਕ ਕੇ ਮੈਂ ਫਿਰ ਉਹੀ ਗੱਲ ਕਹਿੰਦਾ, ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ, ਕੋਈ FIR ਦਰਜ ਨਹੀਂ, ਕੁਝ ਨਹੀਂ ਹੋਇਆ, ਇੱਥੇ ਵੀ ਅਮਿਤ ਸ਼ਾਹ ਦੀ ਫੇਲ ਰਹੇ, ਠੀਕ ਹੈ, ਅਮਿਤ ਸ਼ਾਹ ਦੀ ਪੁਲਿਸ ਫੇਲ ਰਹੀ, ਠੀਕ ਹੈ ਸੁਖਵਿੰਦਰ ਸਿੰਘ। ਸਵਾਲ ਇਹ ਹੈਗਾ ਕਿ ਕਾਂਗਰਸ ਦੇ ਲੀਡਰ ਕਿਸੇ ਟਾਈਮ 'ਤੇ ਹਾਫਿਜ਼ ਸਾਹਿਬ ਕਹਿ ਰਹੇ ਸੀਗੇ, ਅਫਜ਼ਲ ਗੁਰੂ ਸਾਹਿਬ ਕਹਿ ਰਹੇ ਸੀਗੇ, ਉਦੋਂ ਵੀ ਬੜਾ ਵਾਵਰੋਲਾ ਖੜਾ ਹੋਇਆ ਸੀਗਾ। ਹੁਣ ਕਾਂਗਰਸ ਕਿਹੜੀ ਲਾਈਨ 'ਤੇ ਖੜਦੀ ਹੈ, ਆਮ ਆਦਮੀ ਪਾਰਟੀ ਕਿੱਥੇ ਖੜੀ ਹੈ, BJP ਕਿੱਥੇ ਖੜੀ ਹੈ, ਇਹ ਸਭ ਵੋਟ ਬੈਂਕ ਦੀ ਸਿਆਸਤ ਕਰਦੇ ਪਏ? ਦੇਖੋ ਵੋਟ ਬੈਂਕ ਦੀ ਸਿਆਸਤ ਜਦੋਂ ਜਿਹੜੀ ਪੋਲੀਟਿਕਸ ਉਹ ਖੜੀ ਹੋਈ ਵੋਟਾਂ 'ਤੇ ਆ ਇੱਥੇ, ਅਤੇ ਸਾਰੇ ਹੀ ਜਿਹੜੇ, ਫਿਰ ਨੈਤਿਕਤਾ ਵਾਲੇ ਸਵਾਲ ਆਪਾਂ ਕਿਉਂ ਪੁੱਛਦੇ? ਤੁਸੀਂ ਆਸ ਵੀ ਕੀ ਕਰਦੇ ਹੋ ਭਾਰਤ ਦੀ ਜਿਹੜੀ ਰਾਜ ਸੱਤਾ ਆਈ ਦੀ ਉਹਦੀ ਨੈਤਿਕਤਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਅਤੇ ਜਿਹੜਾ ਸਿੱਖੀ ਸਿਧਾਂਤਾਂ ਦੇ ਮੁਤਾਬਕ ਜਿਹੜਾ ਰਾਜ ਆ ਉਹ ਸੱਚ 'ਤੇ ਆਉਣਾ ਚਾਹੀਦਾ, ਅਤੇ ਜਿਹੜਾ ਭਾਰਤੀ ਰਾਜ ਸੱਤਾ ਇਹ ਪੂਰੀ ਤਰ੍ਹਾਂ ਝੂਠ 'ਤੇ ਖੜੀ ਆ, ਨੈਤਿਕਤਾ 'ਤੇ ਖੜੀ ਆ। ਉਹਦੀ ਉਦਾਹਰਨ ਸਭ ਤੋਂ ਵੱਡੀ ਕਿ ਕੇਜਰੀਵਾਲ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੇਜਰੀਵਾਲ ਕਹਿ ਰਹੇ ਹੈ ਕਿ ਜਿਹੜਾ ਧਰਨਾ ਲੋਕਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਕਈ ਵਾਰ ਤੁਹਾਡੇ ਡਿਬੇਟ ਦੇ ਵਿੱਚ ਅਸੀਂ ਨੌਜਵਾਨ ਹਾਂ, ਨਾ ਅਸੀਂ BJP ਦੇ ਸਮਰਥਕ, ਨਾ ਅਸੀਂ ਕਾਂਗਰਸ ਦੇ, ਨਾ ਆਪਦੇ, ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ, ਕਿਸੇ ਦੇ ਨਹੀਂ, ਅਸੀਂ ਨਵੀਂ ਗੱਲ ਲੈ ਕੇ ਆ ਰਹੇ ਹਾਂ। ਜਿਹੜੀ ਇਹ ਪੁਰਾਣੀ ਸਾਰੀ ਸੱਤਾ ਚੱਲ ਰਹੀ ਆ ਉਹਦੇ ਵਿੱਚ ਕੇਜਰੀਵਾਲ ਵੀ ਟੋਟਲੀ ਵੋਟਾਂ ਦੇ ਵਾਸਤੇ ਆ। ਇਹ ਦੱਸਣ ਕਿ ਜਦੋਂ ਕੇਜਰੀਵਾਲ ਰੋਜ਼ ਧਰਨਾ ਲਾਉਂਦਾ ਸੀ ਦਿੱਲੀ 'ਚ, ਕੀ ਉਹਦਾ ਲੋਕਾਂ ਨੂੰ ਦਿੱਕਤ ਨਹੀਂ ਸੀ ਆਉਂਦੀ? ਕੀ ਉਦੋਂ ਲੋਕ ਤੰਗ ਨਹੀਂ ਸੀ ਹੁੰਦੇ ਜਦੋਂ ਧਰਨਾ ਲੱਗਣਾ? ਇੱਕ ਹਿੱਸੇ ਨੇ, ਕਿਉਂਕਿ ਹਮੇਸ਼ਾ ਜਿਹੜਾ ਆ ਮਸਲਾ ਬਣਦਾ ਉਹਦੇ ਵਿੱਚ ਦੋ ਰਾਵਾਂ ਹੁੰਦੀਆਂ ਨੇ। ਜਦੋਂ ਇੱਕ ਰਾਏ ਵਾਲੇ ਲੋਕ ਆਪਣਾ ਪ੍ਰੋਟੈਸਟ ਕਰਦੇ ਆ ਤਾਂ ਦੂਜੇ ਲੋਕਾਂ ਨੇ ਤੰਗ ਹੋਣਾ ਹੀ ਹੁੰਦਾ ਆ,
ਭਾਵੇਂ ਉਹ ਤੰਗ ਹੋ ਰਹੇ ਹੁਣ ਨਾ ਉਹਨਾਂ ਨੇ ਗੱਲ ਕਹਿਣੀ ਹੈ ਕਿ ਅਸੀਂ ਤੰਗ ਹੋ ਰਹੇ ਹਾਂ, ਤੁਸੀਂ ਕਿਹੜੇ ਆਧਾਰ 'ਤੇ ਰਾਜਨੀਤੀ ਕਰ ਰਹੇ ਹੋ ਕਿ ਹਾਂ ਜੇ ਲੋਕ ਤੰਗ ਹੋ ਰਹੇ ਆ ਤਾਂ ਮਤਲਬ ਉਹ ਪ੍ਰੋਟੈਸਟ ਵਾਪਸ ਲੈ ਲੈਣ? ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ, CAA NRC ਆ ਰਿਹਾ, ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ ਅਤੇ ਤੁਸੀਂ ਆਪਣੀ ਵੋਟਾਂ ਲਈ ਰਾਜਨੀਤੀ 'ਤੇ ਖੜ੍ਹੇ ਹੋ? ਇਹ ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਲਈ, ਜਿਹੜਾ ਇਹਨਾਂ ਦਾ ਕਿਰਦਾਰ ਪੰਜਾਬ 'ਚ ਵੀ ਨੰਗਾ ਹੋਇਆ, ਜਦੋਂ ਇਹ ਪੰਜਾਬ 'ਚ ਆਏ ਸੀ ਉਦੋਂ ਲੋਕਾਂ ਨੂੰ ਲੱਗਿਆ ਕਿ ਹਾਂ ਕੋਈ ਪੰਜਾਬ ਦੀ ਗੱਲ ਹੋਊਗੀ, ਕੋਈ ਨਵੀਂ ਪਾਰਟੀ ਆ ਰਹੀ ਆ, ਪਰ ਇਹਨਾਂ ਨੇ ਸਾਲ 'ਚ ਜਿਹੜਾ ਆਪਣਾ ਚਿਹਰਾ ਸੀ ਉਹ ਦਿਖਾਤਾ ਕਿ ਇਹ ਵੀ ਟੋਟਲੀ ਜਿਹੜਾ ਨੈਸ਼ਨਲਿਜ਼ਮ ਵਾਲਾ ਜਿਹੜਾ ਸਾਰਾ ਪ੍ਰੋਪੇਗੰਡਾ ਆ ਇੰਡੀਅਨ ਨੈਸ਼ਨਲਿਜ਼ਮ ਵਾਲਾ, ਜਿਹੜਾ ਇਨਡਾਇਰੈਕਟਲੀ ਜਿਹੜਾ ਆ ਉਹ ਜਿਹੜਾ ਹਿੰਦੁੱਤਵ ਆ ਉਹਦੀ ਸਪੋਰਟ ਕਰਦਾ, ਇਹ ਵੀ ਉਹਦੇ ਸਮਰਥਕ ਨੇ। ਅਖੌਤੀ ਰਾਸ਼ਟਰਵਾਦ ਦੇ ਨਾਲ ਤੁਸੀਂ ਵੀ ਖੜੇ ਹੋ, ਸਿੱਧਾ ਸਵਾਲ ਹੈ ਸੁਖਵਿੰਦਰ ਸਿੰਘ ਪੁੱਛਦਾ। ਦੇਖੋ ਮੈਂ ਤਾਂ ਸਿੰਪਲ ਸੁਖਵਿੰਦਰ ਜੀ ਨੂੰ ਗੱਲ ਇੱਕ ਦੱਸਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਡਿਵੈਲਪਮੈਂਟ 'ਤੇ ਖੜੀ। ਜਦ ਵੀ ਆਮ ਆਦਮੀ ਪਾਰਟੀ ਧਰਨੇ ਪ੍ਰਦਰਸ਼ਨ ਕਰਦੀ ਸੀ, ਮੈਂ 7 ਸਾਲ ਤੋਂ ਆਮ ਆਦਮੀ ਪਾਰਟੀ 'ਚ ਹੈ, ਅਤੇ ਆਮ ਆਦਮੀ ਪਾਰਟੀ ਈਵਨ ਕਿ ਆਪਣਾ ਰੋਡ ਸ਼ੋਅ ਵੀ ਕਰਦੀ ਹੈ ਤਾਂ ਵੀ ਪਬਲਿਕ ਵਾਸਤੇ ਪੈਸੇ ਛੋੜ ਕੇ ਛੱਡ ਕੇ ਕਰਦੀ ਤਾਂ ਕਿ ਟ੍ਰੈਫਿਕ ਨੂੰ ਕੋਈ ਦਿੱਕਤ ਨਾ ਆਵੇ। ਮੈਨੂੰ ਜਵਾਬ ਦੇ ਲੈਣ ਦਿਓ, ਮੈਨੂੰ ਠੀਕ ਹੈ। ਅਤੇ ਅਸੀਂ ਇਹ ਤਾਂ ਨਹੀਂ ਕਿਹਾ, ਦੇਖੋ CAA ਦੇ ਖਿਲਾਫ ਵੋਟ ਜਿਹੜੀ ਆ ਆਮ ਆਦਮੀ ਪਾਰਟੀ ਨੇ ਪਾਰਲੀਮੈਂਟ 'ਚ ਆਪਣਾ ਲੋਕ ਸਭਾ 'ਚ ਵੀ ਪਾਈ ਹੈ ਔਰ ਰਾਜ ਸਭਾ 'ਚ ਵੀ ਪਾਈ ਹੈ। CAA ਦੇ ਖਿਲਾਫ ਆਮ ਆਦਮੀ ਪਾਰਟੀ ਅੱਜ ਵੀ ਬੋਲਦੀ ਹੈ, ਅੱਗੇ ਵੀ ਬੋਲਦੀ ਰਹੀ ਹੈ, ਠੀਕ ਹੈ। ਤੁਸੀਂ ਇਹ ਕਿਵੇਂ ਸਾਨੂੰ ਕਹਿਤੇ ਆ ਕਿ CAA ਦੇ ਖਿਲਾਫ ਪ੍ਰੋਟੈਸਟ ਨਾ ਕਰੋ? ਤੁਸੀਂ ਕਿਵੇਂ ਕਹਿੰਦੇ ਆ? ਤੁਸੀਂ ਮਿਸਲੀਡ ਕਿਉਂ ਕਰ ਰਹੇ ਹੋ ਲੋਕਾਂ ਨੂੰ? ਮੇਰਾ ਜਵਾਬ ਲੈ ਲਿਓ। ਆਮ ਆਦਮੀ ਪਾਰਟੀ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਵੀ CAA ਦੇ ਖਿਲਾਫ ਪ੍ਰੋਟੈਸਟ ਨਾ ਕਰੋ, ਠੀਕ ਹੈ। ਮਿਸਲੀਡ ਨਾ ਕਰੋ, ਮੈਨੂੰ ਵਕਤ ਥੋੜਾ ਹੁਣ ਭੁੱਲ ਸਾ, ਫਿਰ ਜਾਓ ਇਹ ਮਜਾਰੇ 'ਚ ਜਾ। ਮੇਰਾ ਜਵਾਬ ਜ਼ਰੂਰ ਲੈ ਲਿਓ, ਭੁੱਲ ਸਾ। ਆਮ ਆਦਮੀ ਪਾਰਟੀ ਨੇ ਕਿੰਨੇ ਪ੍ਰੋਟੈਸਟ ਪਾਰਟਿਸਪੇਟ ਕੀਤਾ? ਇੱਕ ਮਿੰਟ, ਇੱਕ ਮਿੰਟ, ਇਹਦੇ ਖਿਲਾਫ ਕਈ ਪ੍ਰੋਟੈਸਟ ਪਾਰਟਿਸਪੇਟ ਕੀਤਾ? ਇੰਡੀਆ ਗੇਟ ਤੇ ਵੀ ਗਏ, ਇੱਕ ਮਿੰਟ ਪਲੀਜ਼, ਹਰ ਪਾਸੇ ਭੁੱਲ ਸਾ, ਅੱਜ ਵੀ ਕਹਿੰਦੇ ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਭੁੱਲ ਸਾ। ਲਾਸਟ ਮਿੰਟ ਬਹੁਤ ਸੰਖੇਪ ਵਿੱਚ ਚਾਹੀਦਾ ਕਿ ਤੁਸੀਂ ਇਹਨਾਂ ਪਾਰਟੀਆਂ ਨੂੰ ਆਪਦੀ ਜਿਹੜੀ ਤੁਸੀਂ ਇੱਕ ਵਿਚਾਰਧਾਰਾ ਲੈ ਕੇ ਖੜੀ ਕੀਤੀ ਹੈਗੀ ਹੈ ਹਿੰਦੂਤਵ ਵਾਲੀ, ਉਸ 'ਤੇ ਇਹਨਾਂ ਪਾਰਟੀ ਤੁਸੀਂ ਕੋਰਨਰ ਕਰਤਾ? ਨਹੀਂ ਦੇਖੋ, ਅਸੀਂ ਕਿਸੇ ਪਾਰਟੀ ਨੂੰ ਕੋਈ ਕੋਰਨਰ ਨਹੀਂ ਕਰਨਾ ਚਾਹੁੰਦੇ, ਲੇਕਿਨ ਇਹ ਪਾਰਟੀਜ਼ ਕਿਉਂਕਿ ਸਾਰੀਆਂ ਹਾਸ਼ੀਏ 'ਤੇ ਲੱਗ ਗਈਆਂ ਨੇ, ਚਾਹੇ ਉਹ ਖੱਬੇ ਪੱਖੀਆਂ ਨੇ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ 'ਤੇ ਬਹੁਤ ਛੋਟੀ ਜਿਹੀ ਪਾਰਟੀ ਹੈ, ਇਹਨਾਂ ਨੂੰ ਆਪਣਾ ਪਲੇਟਫਾਰਮ, ਇੱਕ ਮਿੰਟ ਜੀ, ਆਪਣਾ ਪਲੇਟਫਾਰਮ ਆਪਣਾ ਜਿਹੜਾ ਹੈਗਾ ਇੱਕ ਹਾਸ਼ੀਏ ਦੇ ਆਉਣ ਤੋਂ ਬਾਅਦ ਲੱਭ ਰਹੀਆਂ ਨੇ ਵੀ ਕਿਤੇ ਨਾ ਕਿਤੇ ਅਸੀਂ ਸਟੈਂਡ ਕਰੀਏ, ਇਹੋ ਲੱਗਦਾ ਪਿਆ ਤੁਹਾਡੇ ਤੁਹਾਡੇ ਪਲੇਟਫਾਰਮ ਤੇ ਖੇਡ ਇਹ ਪਾਰਟੀਆਂ ਖੇਡਦੀਆਂ ਪਈਆਂ, ਉਹਦਾ ਕਰਕੇ ਪਲੇਟਫਾਰਮ ਤੇ ਖੇਡਦੀਆਂ ਪਈਆਂ, ਉਹਦਾ ਕਰਕੇ ਇਹਨਾਂ ਨੂੰ ਲੱਗਦਾ ਕਿ ਅਗਰ ਬੀਜੇਪੀ ਨੂੰ ਦੇਸ਼ ਲੋਕਾਂ ਦੇ ਵਿਰੋਧੀ ਦੱਸਾਂਗੇ ਤਾਂ ਸ਼ਾਇਦ ਜਿਹੜਾ ਹੈਗਾ ਸਾਨੂੰ ਕਿਤੇ ਪਲੇਟਫਾਰਮ ਲੱਗਦਾ। ਠੀਕ ਹੈ, ਪੰਜਾਬ ਤੁਹਾਡੀ 2 ਸੀਟਾਂ ਹੈ ਤੇ ਦਿੱਲੀ ਤੁਹਾਡੀ 3 ਸੀਟਾਂ, ਠੀਕ 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 ਹੈ, ਦਿੱਲੀ ਦੇ ਵਿੱਚ ਸਾਡਾ ਰਾਜ ਹੈ, ਠੀਕ 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 ਨਾ ਰਾਜ ਹੈ, ਠੀਕ ਹੈ ਠੀਕ ਹੈ, ਪਲੀਜ਼ ਪਲੀਜ਼ 2 ਸੀਟਾਂ ਜੀ, ਤੁਸੀਂ ਕੱਟ ਕੇ 4 ਤੋਂ 1 ਤੇ ਆ ਗਏ ਹੋ, ਲਾਸਟ ਪੁਆਇੰਟ ਬੜਾ ਬੋਲੋ, ਅੱਧੀ ਘੜੇ ਖਿਲ ਰਹੇ ਫਿਰਦੇ ਆ, ਇੱਕ ਮਿੰਟ ਪਲੀਜ਼, ਸਤਵੀਰ ਵਾਲੀ ਆ, ਸਤਵੀਰ ਵਾਲੀ ਇੱਦਾਂ ਇੱਦਾਂ ਨਾ, ਆਪਣਾ ਘਰ ਸਾਹਮਣੇ 1790 ਲਾ ਲਓ, ਕਿੰਨੀ ਸਤਵੀਰ ਵਾਲੀ 2 ਸੀਟਾਂ, ਲਾਸਟ ਪੁਆਇੰਟ ਫਟਾਫਟ ਪਲੀਜ਼, ਲਾਸਟ ਕਮੈਂਟ ਦੇਖੋ, ਪਹਿਲਾਂ ਤਾਂ ਇਹਨਾਂ ਨੇ ਜਿਹੜੀ ਗੱਲ ਕੀਤੀ ਅਸੀਂ ਲੋਕਾਂ ਨੂੰ ਗਲਤ ਸਮਝਾ ਰਹੇ ਆ, ਦੇਖੋ ਤੁਹਾਡੀ ਗੱਲ ਬਿਲਕੁਲ ਗਲਤ ਆ, ਤੁਸੀਂ ਦੋਗਲੀ ਰਾਜਨੀਤੀ ਕਰਦੇ ਹੋ, ਆਮ ਆਦਮੀ ਪਾਰਟੀ ਵੱਲੋਂ ਇੱਕ ਪੱਟਾ CAA ਦੇ ਖਿਲਾਫ ਕੋਈ ਹੈ? ਆਮ ਆਦਮੀ ਪਾਰਟੀ ਵੱਲੋਂ, ਆਮ ਆਦਮੀ ਪਾਰਟੀ CAA ਦੇ ਖਿਲਾਫ ਦਿੱਲੀ ਚ ਮੈਕਸਿਮਮ ਪ੍ਰੋਟੈਸਟ ਤੇ ਸ਼ਾਮਿਲ ਹੁੰਦੀ ਰਹੀ, ਸ਼ਾਮਿਲ ਨਹੀਂ, ਮੈਂ ਕਿਹਾ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰੋਟੈਸਟ ਹੈ? ਸ਼ਾਮਿਲ ਸ਼ਬਦ ਨਹੀਂ ਕਿਹਾ ਮੈਂ, ਮੈਂ ਖੁਦ ਸ਼ਾਮਿਲ ਹੁੰਦਾ ਰਿਹਾ, ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰੋਟੈਸਟ ਹੋਇਆ? ਲੋਕ ਸਭਾ ਚ ਵੋਟ CAA ਦੇ ਖਿਲਾਫ ਆਈ, ਠੀਕ ਹੈ ਠੀਕ ਹੈ ਠੀਕ ਹੈ, ਉਹ ਦਰਸ਼ਕ ਸਭ ਜਾਣਦੇ, ਦਰਸ਼ਕ ਸਭ, ਹਾਂ ਪ੍ਰਸਮਜੀਤ ਸਿੰਘ ਕਲੋਜ਼ਿੰਗ ਕਮੈਂਟ ਫਟਾਫਟ ਪਲੀਜ਼। ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਿ ਦੇਖੋ ਜੇ ਬਿਲਕੁਲ CAA ਦੇ ਵਿਰੁੱਧ ਪਾਰਲੀਮੈਂਟ ਦੇ ਅੰਦਰ ਰਾਜ ਸਭਾ ਲੋਕ ਸਭਾ ਚ ਦੋਵਾਂ ਚ ਇਹਨਾਂ ਨੇ ਵੋਟ ਪਾਈ ਹੈ ਤੇ ਫਿਰ ਤਾਂ ਕੋਈ ਦਿੱਕਤ ਨਹੀਂ, ਮੈਂ ਐਡ ਕਰਦਾ ਇੱਥੇ ਵੀ ਪਾਈ ਹੈ ਵਿਧਾਨ ਸਭਾ ਚ ਵੀ, ਠੀਕ ਸੁਣੋ ਵਿਧਾਨ ਸਭਾ ਚ ਮਤਾ ਪਿਆ, ਮਤਾ ਠੀਕ ਹੈ, ਮੰਨ ਲਈ ਗੱਲ, ਮੰਨ ਲਈ ਗੱਲ ਕਿ ਤੁਸੀਂ ਜੇ ਇੰਨਾ ਕੀਤਾ ਫਿਰ ਸ਼ਹੀਨ ਬਾਗ 'ਚ ਜਾਣ 'ਚ ਤੁਹਾਨੂੰ ਹਰਜ ਕੀ ਹੈਗਾ? ਉਹ ਇਹੀ ਤਾਂ ਕਹਿ ਰਹੇ ਆ ਕਿ ਸਾਨੂੰ ਬਚਾਓ, ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਹਾਂ, ਖਪ ਤੁਹਾਡੇ ਕੋਈ ਵਾਲ ਨਹੀਂ ਵਿੰਗਾ ਹੁੰਦਾ, ਔਰ ਇੱਕ ਚੀਫ ਮਿਨਿਸਟਰ, ਇੱਕ ਮਿੰਟ ਸੁਣ ਲੈ ਯਾਰ ਗੱਲ, ਹੁਣ ਯਾਰ ਮਿਸਲੀ ਲੀਡ ਕਰ ਰਿਹਾ, 4 ਸਟੇਟਾਂ ਦੇ ਸਰਕਾਰਾਂ ਨੇ ਜਿਹੜੇ ਉਹਦੇ ਵਿਰੁੱਧ ਮਤੇ ਪਾਤੇ ਆ, ਬੰਗਾਲ, ਰਾਜਸਥਾਨ, ਕੇਰਲਾ ਤੇ ਪੰਜਾਬ ਨੇ, ਤੇ ਤੁਸੀਂ ਮਤਾ ਕਿਉਂ ਨੀ ਪਾਸ ਕੀਤਾ? ਦਿੱਲੀ ਚ ਕਿਉਂ ਨੀ ਮਤਾ? ਦਿੱਲੀ ਚ ਪਾਸ ਕਰੋ, ਦਿੱਲੀ ਚ ਕੋਡ ਓਪਰੇਟ ਲੱਗਿਆ ਹੋਇਆ।
ਉਸ ਤੋਂ ਪਹਿਲਾਂ ਨਹੀਂ ਲੱਗਿਆ ਪਹਿਲਾਂ ਕਰਦੇ ਹੁਣ ਲੱਗਿਆ ਜੀ ਕੀ ਗੱਲਾਂ ਕਰਦੇ ਆ ਇੱਕ ਮਿੰਟ ਵਿਧਾਨ ਸਭਾ ਸੈਸ਼ਨ ਜਿਹੜਾ ਹੁੰਦਾ ਹੈ ਉਹਦੇ ਟਰਮ ਅਕੋਰਡਿੰਗਲੀ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਆਪਣਾ ਸਮਝੀ ਸੇ ਮਾਫ ਕਰਨਾ ਮੈਂ ਵਕਤ ਨਹੀਂ ਦੇ ਸਕਦਾ ਤੁਹਾਨੂੰ ਬਹੁਤ ਧੰਨਵਾਦ ਹਰਜੀਤ ਪੁੱਲਾ ਤੁਹਾਡਾ ਬਹੁਤ ਧੰਨਵਾਦ ਸਤਵੀਰ ਸਿੰਘ ਵਾਲੀਆ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ ਅਸੀਂ ਸਵਾਲ ਕੀਤਾ ਸੀ ਨਫ਼ਰਤ ਵਾਲੀ ਸਿਆਸਤ ਕਿਉਂ ਨਫ਼ਰਤ ਵਾਲੀ ਸਿਆਸਤ ਦੇ ਵਿਚਾਲੇ ਮੁਹੱਬਤ ਵਾਲੀ ਲਕੀਰ ਖਿੱਚੀ ਜਾ ਸਕਦੀ ਹੈ ਜੇ ਇਹ ਪਾਰਟੀਆਂ ਵੋਟ ਬੈਂਕ ਤੋਂ ਉੱਪਰ ਉੱਠ ਕੇ ਤੁਹਾਡੇ ਸਾਡੇ ਬਾਰੇ ਸੋਚਣ ਨੈਤਿਕਤਾ ਦੀ ਗੱਲ ਸੁਖਵਿੰਦਰ ਸਿੰਘ ਇੱਕ ਨੌਜਵਾਨ ਲੀਡਰ ਹੈ ਉਹ ਇਹ ਮੈਨੂੰ ਕਹਿ ਰਿਹਾ ਹੈਗਾ ਕਿ ਨੈਤਿਕਤਾ ਤੁਸੀਂ ਕਿੱਥੋਂ ਪਾਲਦੇ ਹੋ ਉਸਦੇ ਸਵਾਲ ਵਿੱਚ ਵਜਨ ਹੈਗਾ ਪਰ ਜੇ ਤੁਸੀਂ ਸਵਾਲ ਪੁੱਛਣੇ ਬੰਦ ਕਰ ਦੋਗੇ ਤਾਂ ਨੈਤਿਕਤਾ ਜਿਹੜੀ ਮਾੜੀ ਮੋਟੀ ਉਮੀਦ ਹੈਗੀ ਆ ਉਹ ਵੀ ਮਰ ਜਾਵੇਗੀ ਪਰ ਅਸੀਂ ਨਫ਼ਰਤ ਨੂੰ ਮਾਰਨਾ ਹੈਗਾ ਇਹਨਾਂ ਲੀਡਰਾਂ ਨੂੰ ਵੀ ਅਸੀਂ ਇਸ ਡਿਬੇਟ ਦੇ ਜ਼ਰੀਏ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵਿੱਚ ਹੈ ਕਿ ਵੋਟ ਬੈਂਕ ਦੀ ਪੋਲਿਟਿਕਸ ਛੱਡ ਕੇ ਅਸੀਂ ਵੰਡਣ ਵਾਲੀ ਸਿਆਸਤ ਛੱਡ ਕੇ ਮੁਹੱਬਤ ਵਾਲੀ ਸਿਆਸਤ ਕਰੋ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ ਅਸਲ ਮੁੱਦਿਆਂ ਦੀ ਗੱਲ ਕਰੋ ਬੇਰੁਜ਼ਗਾਰੀ ਦਰ ਕਿੱਥੇ ਪਹੁੰਚ ਗਈ ਹੈ ਸਾਡੀ GDP ਦੀ ਦਰ ਕਿੱਥੇ ਪਹੁੰਚ ਗਈ ਹੈ ਸਾਡੇ ਅਦਾਰੇ ਆ ਜਿਹੜੇ ਵਿਕਣ ਦੀ ਕਗਾਰ 'ਤੇ ਖੜ੍ਹੇ ਆ ਨੌਜਵਾਨ ਸਾਡੇ ਹਿੰਸਾ ਦੀ ਰਾਹ 'ਤੇ ਪਹੁੰਚ ਗਏ ਹੈਗੇ ਆ ਅਸੀਂ ਚਾਹੁੰਦੇ ਕੀ ਹੈਗੇ ਹਾਂ ਜੇ ਅਸੀਂ ਰਾਸ਼ਟਰਵਾਦ ਦਾ ਵਾਕਿਆ ਹੀ ਝੰਡਾ ਚੁੱਕਣਾ ਹੈਗਾ ਤਾਂ ਰਾਸ਼ਟਰਵਾਦ ਇਹ ਹੈ ਰੋਜ਼ੀ ਰੋਟੀ ਦਿਓ ਸਾਰਿਆਂ ਨੂੰ ਉਹਨਾਂ ਦੇ ਘਰ ਭਰੋ ਉਹਨਾਂ ਦੀਆਂ ਜੇਬਾਂ ਭਰੋ ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਆਵੇ ਨਹੀਂ ਤਾਂ ਇੱਦਾਂ ਹੀ ਜਿਵੇਂ ਇੱਥੇ ਡਿਬੇਟ ਦੇ ਵਿੱਚ ਸਾਰੇ ਲੜਦੇ ਪਏ ਇਵੇਂ ਸਾਰੇ ਲੜਨਗੇ ਬਹੁਤ ਧੰਨਵਾਦ